ਜ਼ਿੰਦਗੀ ਜੰਗ ਆ ਸ਼ੁਰੂ ਤੋਂ ਦਿਮਾਗ ਦੇ ਵਿੱਚ ਪਾਤਾ। ਤੁਸੀਂ ਕਹਿੰਦੇ ਜ਼ਿੰਦਗੀ ਬਹੁਤ ਸੋਹਣੀ, ਜ਼ਿੰਦਗੀ ਬਹੁਤ ਖੂਬਸੂਰਤ ਹੈ। ਹਾਂਜੀ, ਲੋਕਾਂ ਨੂੰ ਝੋਨੇ ਕਣਕ ਖੜੇ ਖੇਤਾਂ ਦੇ ਵਿੱਚ ਦਿਖ ਰਹੇ ਨੇ, ਤਾਂ ਉਹਨਾਂ ਨੂੰ ਮੇਰੀਆਂ ਗੱਲਾਂ ਵੀ ਮਜ਼ਾਕ ਜਿਹੀਆਂ ਲੱਗ ਰਹੀਆਂ। ਹਾਂਜੀ ਹਾਂਜੀ, ਪਿਕਚਰਾਂ ਵੀ ਕਰਨਗੇ, ਥੱਲੇ ਕਮੈਂਟ ਵੀ ਕਰਨਗੇ। ਹਾਂਜੀ, ਕਿ ਐਂ ਥੋੜ੍ਹਾ ਖੁਰਾਕੀ ਤੱਤ ਮੁੱਕ ਜਾਂਦੇ ਆ। ਹਾਂਜੀ ਹਾਂਜੀ, ਪਰ ਪੰਜਾਬ ਨੂੰ ਤਾਂ ਅੰਨਦਾਤਾ ਕਿਹਾ ਜਾਂਦਾ ਨਾ। ਬਿਲਕੁਲ ਬਿਲਕੁਲ, ਇਹ ਜਿਹੜਾ ਅੰਨਦਾਤਾ, ਇਹ ਸਾਨੂੰ ਜਿਹੜਾ ਸੀਗਾ ਤੜਿਆ ਕੇ, ਇਹਦੇ ਸਾਡਾ ਸਾਰਾ ਨਿਊਟ੍ਰੀਸ਼ਨ ਸਾਡਾ ਖੋਇਆ, ਸਾਡੇ ਤੋਂ ਖਿੱਚ ਖੋਇਆ ਗਿਆ। ਸੋਨਾ ਪਹਿਨਣ ਦੀ ਨੀ, ਖਾਣ ਦੀ ਚੀਜ਼ ਹੈ ਇਹ, ਤੁਸੀਂ ਕਿਹਾ। ਹਾਂ, ਕੀ ਕਹਿਣਾ ਚਾਹੋਗੇ? ਬਿਲਕੁਲ ਬਿਲਕੁਲ, ਕਰੈਕਟਰ ਉਹਨਾਂ ਲੋਕਾਂ ਦੇ ਉੱਚੇ ਹੁੰਦੇ ਨੇ ਜਿਹਨਾਂ ਦੇ ਕੋਲੇ ਖਾਣ ਲਈ ਦਾਣੇ ਹੈ। ਜਦੋਂ ਢਿੱਡ ਭੁੱਖਾ ਹੋਵੇ ਨਾ, ਉਦੋਂ ਤੁਹਾਡੀਆਂ ਕੋਈ ਜਵਾਨਾਂ ਨੀ, ਕੋਈ ਕੁਛ ਨਹੀਂ ਮੰਗਦਾ। ਸਾਰੀਆਂ ਸਮੱਸਿਆਵਾਂ ਦੀ ਜਿਹੜੀ ਰੂਟ ਕੌਜ਼ ਆ ਨਾ, ਜਿਹੜੀ ਜੜ ਹੈ, ਹਾਂਜੀ, ਉਹ ਮਿੱਟੀ ਨਾਲ ਜੁੜਦੀ ਹੈ, ਫੂਡ ਨਾਲ ਜੁੜਦੀ ਹੈ, ਭੋਜਨ ਨਾਲ ਜੁੜਦੀ ਹੈ। ਅਸੀਂ ਹੋਸਪਿਟਲ ਖੁੱਲ੍ਹਣ ਨੂੰ ਹੀ ਵਿਕਾਸ ਗਿਣੀ ਜਾਂਦੇ ਹਾਂ। ਡੇਢ ਦੋ ਲੱਖ ਰੁਪਏ ਮਹੀਨੇ ਦੀ ਵਕਾਲਤ ਛੱਡ ਕੇ ਫਿਰ ਮੈਂ ਇੱਥੇ ਖੇਤਾਂ 'ਚ ਆ ਗਿਆ, ਤਾਂ ਉਦੋਂ ਤੋਂ ਲੈ ਕੇ ਮੈਂ ਇੱਥੇ ਫੁੱਲ ਫਲੈਜਡ ਇੱਥੇ ਹੀ ਹਾਂ। ਖੇਤੀ ਧੰਦਾ ਨਹੀਂ ਹੈ, ਖੇਤੀ ਜੀਵਨ ਸ਼ੈਲੀ ਹੈ, ਲਾਈਫ ਸਟਾਈਲ ਹੈ। ਹਾਂਜੀ ਹਾਂਜੀ, ਜਦੋਂ ਵੀ ਧੰਦਾ ਬਣਾਵਾਂਗੇ ਤੁਸੀਂ, ਤਾਂ ਧੰਦੇ ਦੇ ਵਿੱਚ ਨੁਕਸਾਨ ਕਿਸਾਨ ਦਾ ਹੀ ਹੋਣਾ। ਫਿਰ ਮੇਰੀ ਸਮਝ ਬਣੀ ਕਿ ਮਨਾ, ਤੂੰ ਆਪਣੇ ਲਈ ਜ਼ਹਿਰ ਮੁਕਤ ਖੇਤੀ ਕਰ ਲੈਵੇਂ ਤੇ ਲੋਕਾਂ ਨੂੰ ਜ਼ਹਿਰ ਵੰਡੇ, ਇਹ ਕਿੱਧਰਲਾ ਧਰਮ ਹੈ? ਬਹੁਤ ਮੇਰੇ ਤੇ ਬਾਹਾਂ ਵਗੀਆਂ ਨੇ। ਹਾਂਜੀ, ਸਾਰਾ ਖੇਤ ਖਾਲੀ ਰਹਿ ਜਾਂਦਾ ਸੀ, ਲੋਕਾਂ ਦੀਆਂ ਟਿੱਚਰਾਂ ਹੁੰਦੀਆਂ ਸੀ, ਮਨ ਦੇ ਵਿੱਚ ਨਿਰਾਸ਼ਾ ਵੀ ਆਉਂਦੀ ਸੀ। ਹਾਂਜੀ, ਤੇ ਪਰ ਇਹ ਸਾਰੇ ਸਫ਼ਰ ਦੇ ਦੌਰਾਨ ਮੈਂ ਇੱਕ ਹੀ ਲਾਸਟ ਤੇ ਕਹੂੰਗਾ ਕਿ ਜ਼ਿੰਦਗੀ ਬਹੁਤ ਖੂਬਸੂਰਤ। ਠੀਕ ਹੈ, ਸੌਖਾ ਨਹੀਂ ਹੁੰਦਾ ਵਗਦੀ ਤੇਜ਼ ਹਨੇਰੀ ਵਿੱਚ ਹਵਾ ਦੇ ਉਲਟ ਤੁਰਨਾ। ਹਾਂਜੀ, ਸੌਖਾ ਨਹੀਂ ਹੁੰਦਾ ਪਾਣੀ ਦੇ ਵਹਾਅ ਦੇ ਉਲਟ ਤੈਰਨਾ। ਹਾਂਜੀ, ਬੜਾ ਮੁਸ਼ਕਿਲ ਹੁੰਦਾ ਨਵੇਂ ਦਿਸ ਹੱਦਿਆਂ ਨੂੰ ਉਲੀਕਣਾ। ਬਿਲਕੁਲ, ਰਸਤੇ ਵਿੱਚ ਨਾ ਡੋਲ ਜਾਇਓ ਬਾਬੇ ਨਾਨਕ ਦੇ ਵਾਰਸੋ, ਗਿਣਤੀ ਥੋੜੀ ਨਹੀਂ ਹੈ ਮਲਮਾਂ ਲਾਉਣ ਵਾਲਿਆਂ ਨੂੰ, ਪਰ ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਹੈ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ, ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਹੈ ਜੇ ਆਸ਼ਕੋ ਨਵੀਆਂ ਪਗਡੰਡੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝ ਦਿਲ ਤੋਂ ਦਿਲਾਂ ਦੀ, ਮੈਂ ਹਾਂ ਵਿਕਰਮ ਰੰਧਾਵਾ, ਸਫ਼ਰਾਂ 'ਤੇ ਹਾਂ ਜੀ। ਅਤੇ ਅੱਜ ਪਹੁੰਚੇ ਹਾਂ ਜੀ ਜਲਾਲਾਬਾਦ ਦੇ ਕੋਲ ਆ ਜੀ, ਪਿੰਡ ਸੋਨਗੜ੍ਹ, ਸੋਨਗੜ੍ਹ ਫਾਰਮ ਵਰਸਟੀ, ਇੱਥੇ ਪਹੁੰਚੇ ਹਾਂ ਜੀ। ਅਤੇ ਅੱਜ ਇੱਥੇ ਆ ਕੇ ਹੈਰਾਨਗੀ ਹੋਈ ਆ, ਹੈਰਾਨਗੀ ਇਸ ਗੱਲ ਦੀ ਆ, ਇਹ ਪਹਿਲਾਂ ਤਾਂ ਇੱਥੇ ਸ਼ਾਂਤੀ ਬਹੁਤ ਆ, ਅਤੇ ਦੂਜੀ ਗੱਲ ਬਈ ਜਿਵੇਂ ਆਪਾਂ ਇਹ ਨਹੀਂ ਕਹਿ ਦਿੰਦੇ ਵੀ ਦੌੜ ਭੱਜ ਤੋਂ ਇੱਕ ਹਟ ਕੇ ਇੱਕ ਜਗ੍ਹਾ ਜਿੱਥੇ ਨਾ ਕੰਪੀਟੀਸ਼ਨ ਨਹੀਂ ਹੈਗਾ, ਸਿਰਫ਼ ਸਿਹਤ ਦੀ ਗੱਲ ਕੀਤੀ ਜਾਂਦੀ ਆ। ਜਦੋਂ ਆਪਾਂ ਬਿਮਾਰੀਆਂ ਦੀ ਗੱਲ ਕੀਤੀ ਕਰਦੇ ਹਾਂ ਨਾ, ਤਾਂ ਬਿਮਾਰੀਆਂ ਨੂੰ ਇੱਕ ਆਪਾਂ ਇੱਦਾਂ ਕਹਿ ਦਿੰਦੇ ਹਾਂ, ਜਿਵੇਂ ਸਰ ਦਾ ਕਹਿਣਾ ਆ ਕਿ ਨਿਊਟ੍ਰੀਸ਼ਨ ਦੀ ਘਾਟ ਆ ਬਿਮਾਰੀਆਂ। ਅਤੇ ਅੱਜ ਸਰ ਦੇ ਨਾਲ ਕਮਲਜੀਤ ਸਰ ਆਪਣੇ ਨਾਲ ਬੈਠੇ ਆ, ਇਹਨਾਂ ਦੇ ਸਫ਼ਰ ਦੀ ਗੱਲਬਾਤ ਕਰਾਂਗੇ ਵੀ ਕਿਵੇਂ ਇੱਧਰਲੇ ਪਾਸੇ ਰੁਝਾਨ ਹੋਇਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਧਰਲੇ ਪਾਸੇ ਕਿਵੇਂ ਆਏ, ਵਕਾਲਤ ਛੱਡ ਕੇ ਇੱਧਰਲੇ ਪਾਸੇ ਕਿਵੇਂ ਆਏ? ਹਾਂ, ਮੇਰਾ ਪਿੰਡ ਹੈਗਾ ਫਿਰੋਜ਼ਪੁਰ ਦੇ ਵਿੱਚ ਸੋਨਗੜ੍ਹ, ਇਹ ਫਿਰੋਜ਼ਪੁਰ ਦਾ ਲਾਸਟ ਪਿੰਡ ਹੈ, ਇਹਦੋਂ ਅੱਗੇ ਮੁਕਤਸਰ ਚੱਲ ਪੈਂਦਾ। ਹਾਂਜੀ, ਇਸੇ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਹੈਗਾ, ਤੇ ਪਰਮਾਤਮਾ ਨੇ ਕਿਰਪਾ ਕੀਤੀ, ਚੰਗੇ ਘਰ 'ਚ ਜਨਮ ਦਿੱਤਾ। ਮੇਰੇ ਕੋਲ 50 ਏਕੜ ਜੱਦੀ ਜ਼ਮੀਨ ਮੇਰੇ ਕੋਲ ਸੀ, ਤਾਂ ਮਾਂ ਪਿਓ ਪੜ੍ਹਾ ਕੇ ਡਾਕਟਰ ਬਣਾਉਣਾ ਚਾਹੁੰਦੇ ਸੀ, ਨਹੀਂ ਬਣ ਪਾਇਆ, ਤੇ ਵਕੀਲ ਬਣ ਗਿਆ। ਵਕਾਲਤ ਸ਼ੁਰੂ ਕਰ ਲਈ ਮੁਕਤਸਰ ਦੇ ਵਿੱਚ, ਵਕਾਲਤ ਵਿੱਚ ਵੀ ਬੜਾ ਸਟਰਗਲ ਹੁੰਦਾ ਹੈ, ਤੇ ਬੜੀ ਛੇਤੀ ਮੈਂ ਉੱਥੇ ਇਸਟੈਬਲਿਸ਼ ਹੋ ਗਿਆ। ਤਾਂ ਬੜੀ ਛੇਤੀ ਮੇਰੀ ਜਿਹੜੀ ਵਕਾਲਤ ਸੀਗੀ ਉਹ 1.5-2 ਲੱਖ ਰੁਪਏ ਮਹੀਨੇ ਦੀ ਹੋ ਗਈ। ਸਭ ਕੁਛ ਵਧੀਆ ਟਰੈਕ ਤੇ ਚੜ ਰਿਹਾ ਸੀਗਾ, ਚੱਲ ਰਿਹਾ ਸੀ ਸਭ ਕੁਛ। ਹਾਂਜੀ, ਤੇ ਬੜਾ ਸਟੇਟਸ ਬੇਸਡ ਲਾਈਫ ਸਟਾਈਲ ਮੈਂ ਜਿਉਂਦਾ ਸੀ। ਹਾਂਜੀ, ਤੇ ਮਹਿੰਗੇ ਬ੍ਰਾਂਡਡ ਕੱਪੜੇ ਪਾਉਣੇ, ਤੇ ਪੈਸੇ ਦੀ ਭਾਸ਼ਾ ਨਾਲ ਹੀ ਸਭ ਕੁਛ ਨੂੰ ਦੇਖਦਾ ਸੀ, ਤੇ ਮੰਨਦਾ ਹੁੰਦਾ ਸੀ ਕਿ ਕੈਪੀਟਲ ਹੈ ਜਿਹੜੀ ਉਹ ਸਿਰਫ ਫਾਈਨੈਂਸ਼ੀਅਲ ਕੈਪੀਟਲ ਹੀ ਹੈ। ਹਾਂਜੀ,
ਪੈਸਾ ਹੀ ਸਭ ਕੁਛ ਹੈ। ਹਾਂਜੀ, ਤਾਂ ਕੀ ਹੋਇਆ ਕਿ ਪਰਿਵਾਰ ਦੇ ਵਿੱਚ ਦੋ ਝਟਕੇ ਲੱਗੇ। 1996 ਦੇ ਵਿੱਚ ਛੋਟਾ ਬ੍ਰਦਰ ਸੀ, ਬ੍ਰੇਨ ਟਿਊਮਰ ਨਾਲ ਚਲਾ ਗਿਆ, ਬੱਚਾ ਸੀ ਹਜੇ 10 ਸਾਲ ਦੀ ਉਮਰ ਚ। ਹਾਂਜੀ, 2006 ਦੇ ਵਿੱਚ ਮੇਰੇ ਫਾਦਰ 53 ਸਾਲ ਦੀ ਉਮਰ ਚ ਹਾਰਟ ਅਟੈਕ ਨਾਲ ਚਲੇ ਗਏ। 2012 ਦੇ ਵਿੱਚ ਮੇਰੇ ਗ੍ਰੈਂਡਫਾਦਰ ਦੀ ਡੈਥ ਹੁੰਦੀ ਹੈ, ਉਹਨਾਂ ਦੀ ਉਮਰ 101 ਸਾਲ ਸੀ। ਤਾਂ ਕੋਈ ਸੱਜਣ ਆਇਆ ਤੇ ਅਫਸੋਸ ਕਰਨ ਤੇ ਉਹਨੇ ਇੱਕ ਗੱਲ ਕਹੀ, ਉਹ ਜਿਹੜਾ ਮੇਰੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਬਣ ਗਿਆ। ਹਾਂਜੀ, ਉਹ ਕਹਿੰਦੇ, ਵਕੀਲ ਸਾਹਿਬ, ਦਾਦੇ ਦੀ ਉਮਰ 101 ਸਾਲ, ਹਾਂਜੀ, ਉਹਦਾ ਪੁੱਤ 53 ਚ ਚਲਾ ਗਿਆ, ਪੋਤਰਾ 10 ਤੇ ਰਹਿ ਗਿਆ, ਕੁਛ ਨਾ ਕੁਛ ਤਾਂ ਹੈ ਨਾ ਜੋ ਗਲਤ ਹੋ ਹੀ ਜਾਂਦਾ ਹੈ, ਤੇ ਕੌਣ ਸੋਚੂਗਾ, ਨਾਲ ਇੱਕ ਸਵਾਲ ਵੀ ਛੱਡ ਗਿਆ ਮੇਰੇ ਲਈ, ਕੌਣ ਸੋਚੂਗਾ ਇਹਦੇ ਬਾਰੇ। ਤਾਂ ਮੈਂ ਰਾਤ ਨੂੰ ਜਦੋਂ ਪੈਣ ਲੱਗਿਆ ਤਾਂ ਸੋਚਿਆ, ਇਹ ਬਹੁਤ ਵੱਡਾ ਸਵਾਲ ਹੈ ਮੇਰੇ ਲਈ, ਕੌਣ ਸੋਚੂਗਾ, ਹੁਣ ਸਰਕਾਰਾਂ ਸੋਚਣਗੀਆਂ, ਇਹ ਤਾਂ ਸਾਡੇ ਆਸੇ ਪਾਸੇ ਆਲੇ ਦੁਆਲੇ ਅਸੀਂ ਦੇਖਦੇ ਹਾਂ ਨਾ, ਉਮਰਾਂ ਘੱਟ ਰਹੀਆਂ ਨੇ। ਬਿਲਕੁਲ, ਅਸੀਂ, ਮੈਂ ਆਪਣੀ ਉਮਰ ਦੇ ਵਿੱਚ 130 ਸਾਲ ਦੇ ਲੋਕ ਦੇਖੇ ਨੇ। ਹਾਂਜੀ, ਤੇ ਅੱਜ ਪੰਜਾਬ ਦੀ ਐਵਰੇਜ ਉਮਰ ਬਿਲੋ 60 ਹੈ, 60 ਤੋਂ ਥੱਲੇ ਹੀ ਹੈ। ਤੇ ਅੱਜ ਮੇਰੇ ਬੱਚੇ ਨੇ ਜੇ ਕੋਈ ਕਹੇ ਕਿ ਇੱਥੇ 130 ਸਾਲ ਦੇ ਲੋਕ ਹੁੰਦੇ ਸੀ, ਤਾਂ ਉਹਨੇ ਮੰਨਣਾ ਹੀ ਨਹੀਂ, ਉਹਨੇ ਕਹਿਣਾ ਨਾ, ਇੱਥੇ ਤਾਂ ਮੈਂ ਤਾਂ ਆਪਦੀ ਜ਼ਿੰਦਗੀ ਚ ਦੇਖੀ ਤੇ 50-60 ਸਾਲ ਦੇ ਲੋਕ ਆ ਇੱਥੇ। ਬਿਲਕੁਲ, ਤਾਂ ਉਮਰਾਂ ਸਾਡੀਆਂ ਇੰਨੀਆਂ ਘੱਟ ਰਹੀਆਂ ਨੇ ਤੇ ਬਿਮਾਰੀਆਂ ਇੰਨੀਆਂ ਵੱਧ ਰਹੀਆਂ ਨੇ, ਐਸਾ ਅਸੀਂ ਵਿਕਾਸ ਕਰ ਲਿਆ ਕਿ ਅਸੀਂ ਹਸਪੀਟਲ ਖੁੱਲਣ ਨੂੰ ਹੀ ਵਿਕਾਸ ਗਿਣੀ ਜਾਂਦੇ ਹਾਂ। ਹਾਂਜੀ, ਤਾਂ ਮੈਂ ਸੋਚਿਆ ਕਿ ਮੈਂ ਜਿਹੜਾ ਹੈਗਾ ਇਹ ਹਾਲਾਤਾਂ ਦੇ ਵਿੱਚ ਤਾਂ ਮੈਂ ਡਰ ਗਿਆ ਕਿ ਮਰ ਜਾਂਗੇ ਇਸ ਇਹਨਾਂ ਹਾਲਾਤਾਂ ਦੇ ਵਿੱਚ, ਤਾਂ ਜਿਹੜੇ ਇਹ ਹਾਲਾਤ ਬਣੇ ਹੋਏ ਨੇ। ਹਾਂਜੀ, ਤਾਂ ਮੈਂ ਉਸ ਡਰ ਦੇ ਵਿੱਚੋਂ ਨਿਕਲਿਆ ਤੇ ਮੈਂ ਜਿਹੜਾ ਸੀਗਾ ਇੱਥੇ ਆ ਗਿਆ ਖੇਤ ਦੇ ਵਿੱਚ ਕਿ ਮੈਂ ਆਪਣੀ ਆਪਦੇ ਖਾਣ ਵਾਸਤੇ 1 ਏਕੜ ਚ ਜ਼ਹਿਰ ਮੁਕਤ ਖੇਤੀ ਕਰੂੰਗਾ। ਠੀਕ ਹੈ, ਤਾਂ ਜਦੋਂ ਥੋੜਾ ਚਿਰ ਇਸ ਨਾਲ ਮਿੱਟੀ ਨਾਲ ਜੁੜਿਆ ਤਾਂ ਕਨੈਕਸ਼ਨ ਮਿੱਟੀ ਨਾਲ ਹੋਇਆ, ਤਾਂ ਫਿਰ ਮੇਰੀ ਸਮਝ ਬਣੀ ਕਿ ਮਨਾ ਤੂੰ ਆਪਣੇ ਲਈ ਜ਼ਹਿਰ ਮੁਕਤ ਖੇਤੀ ਕਰ ਲੈਵੇਂ ਤੇ ਲੋਕਾਂ ਨੂੰ ਜ਼ਹਿਰ ਵੰਡੇ, ਇਹ ਕਿੱਧਰਲਾ ਧਰਮ ਹੈ, ਸਾਨੂੰ ਇਹ ਤਾਂ ਨੀ ਧਰਮ ਤੇ ਸਾਡੇ ਨੇ ਸਿਖਾਇਆ। ਬਿਲਕੁਲ ਬਿਲਕੁਲ, ਤਾਂ ਮੈਂ ਨਹੀਂ, ਮੈਂ ਵੱਡੇ ਪੱਧਰ ਤੇ ਕਰੂੰਗਾ, ਮੈਂ 20 ਏਕੜ ਦੇ ਵਿੱਚ ਇਹ ਖੇਤੀ ਸਟਾਰਟ ਕੀਤੀ, ਇੱਕ ਤੋਂ ਸ਼ੁਰੂਆਤ ਕੀਤੀ, ਬਾਅਦ ਚ 20, ਹਾਂ ਫਿਰ 20 ਏਕੜ ਦੇ ਵਿੱਚ ਕੀਤੀ। ਠੀਕ ਹੈ, ਹੌਲੀ ਹੌਲੀ ਫਿਰ ਮੈਂ ਇਧਰਲੇ ਪਾਸੇ 2013 ਦੇ ਵਿੱਚ ਡਾਕਟਰ ਪੇਲਾ ਨਾਲ ਮੇਲ ਹੋ ਗਿਆ। ਠੀਕ ਹੈ, 13 ਦੇ ਵਿੱਚ ਮੈਂ ਇਹ ਖੇਤੀ ਸ਼ੁਰੂ ਕੀਤੀ, ਤਾਂ 13-15 ਦੋਨੋਂ ਕੰਮ ਕਰਦਾ ਰਿਹਾ, ਵਕਾਲਤ ਵੀ ਖੇਤੀ ਵੀ, ਤੇ 15 ਚ ਜਾ ਕੇ ਮੈਨੂੰ ਐਂ ਲੱਗਿਆ ਜਾਂ ਤਾਂ ਵਕਾਲਤ ਛੱਡ ਦਿਆਂ ਜਾਂ ਖੇਤੀ ਛੱਡ ਦਿਆਂ। ਹਾਂਜੀ, ਤਾਂ ਮੈਂ ਫਿਰ ਪ੍ਰੈਫਰ ਕੀਤਾ ਕਿ ਮੈਂ ਜਿਹੜਾ ਹੈਗਾ ਆਪਣੀ ਵਕਾਲਤ ਛੱਡੂਗਾ। ਠੀਕ ਹੈ, 1.5-2 ਲੱਖ ਰੁਪਏ ਮਹੀਨੇ ਦੀ ਵਕਾਲਤ ਛੱਡ ਕੇ ਫਿਰ ਮੈਂ ਇੱਥੇ ਖੇਤਾਂ 'ਚ ਆ ਗਿਆ, ਤੇ ਉਦੋਂ ਤੋਂ ਲੈ ਕੇ ਮੈਂ ਇੱਥੇ ਫੁੱਲ ਫਲੈਜਡ ਇੱਥੇ ਹੀ ਹਾਂ। ਠੀਕ ਹੈ, ਤੇ ਇਸ ਸਫ਼ਰ ਦੇ ਦੌਰਾਨ ਬੜਾ ਔਖਾ ਸੀ, ਕੋਈ ਸੌਖਾ ਰਾਹ ਨਹੀਂ ਸੀ। ਹਾਂਜੀ ਹਾਂਜੀ, ਬਿਲਕੁਲ, ਕਿ ਖੇਤ ਦੇ ਵਿੱਚੋਂ ਮਿੱਟੀ ਮਰੀ ਹੋਈ ਸੀ, ਸੋਇਲ ਦੇ ਵਿੱਚੋਂ ਨਿਊਟ੍ਰੀਸ਼ਨ ਨਿਕਲਿਆ ਹੋਇਆ ਸੀ, ਤਾਂ ਮਿੱਟੀ ਨੂੰ ਜਿੰਦਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਤੇ ਬਹੁਤ ਸਟਰਗਲ ਕਰਨਾ ਪਿਆ। ਬੜੇ ਟਾਰਗੇਟ ਖੜੇ ਹੋ ਜਾਂਦੇ ਜਦੋਂ ਆਪਣਾ ਅੱਡ ਚੱਲਦੇ ਆ ਨਾ, ਸਮਾਜ ਆਸੇ ਪਾਸੇ ਆਪਾਂ ਦੇਖੀਏ ਲੋਕ ਜਿਵੇਂ ਆ ਕੇ ਤੁਸੀਂ ਵਕਾਲਤ ਕਰਦੇ ਹਨਾ, ਤੁਹਾਨੂੰ ਆ ਕੇ ਸਵਾਲ ਵੀ ਕਰਦੇ ਹੋਣੇ ਵੀ ਤੁਸੀਂ ਵਕਾਲਤ ਛੱਡ ਕੇ ਤੁਸੀਂ ਕਿੱਧਰਲੇ ਪਾਸੇ ਆ ਗਏ ਹਨਾ, ਏਦਾਂ ਦੇ ਸਵਾਲ ਸਾਹਮਣਾ ਕਰਨਾ ਪਿਆ। ਹਾਂ, ਇਹਨਾਂ ਦਾ ਜਵਾਬ ਤੁਹਾਨੂੰ ਇੱਕ 4 ਲਾਈਨਾਂ ਦੇ, ਮੈਨੂੰ ਥੋੜਾ ਜਿਹਾ ਲਿਖਣ ਦਾ ਵੀ ਸ਼ੌਕ ਹੈ। ਅੱਛਾ, 4 ਲਾਈਨਾਂ ਦੇ ਨਾਲ ਦਿੰਦਾ। ਹਾਂਜੀ, ਮੈਂ ਲਿਖਿਆ ਸੀਗਾ, ਸੌਖਾ ਨਹੀਂ ਹੁੰਦਾ ਵਗਦੀ ਤੇਜ਼ ਹਨੇਰੀ ਵਿੱਚ ਹਵਾ ਦੀ ਉਲਟ ਤੁਰਨਾ। ਹਾਂਜੀ, ਸੌਖਾ ਨਹੀਂ ਹੁੰਦਾ ਪਾਣੀ ਦੇ ਵਹਾਅ ਦੇ ਉਲਟ ਤੈਰਨਾ। ਹਾਂਜੀ, ਬੜਾ ਮੁਸ਼ਕਿਲ ਹੁੰਦਾ ਹੈ ਨਵੇਂ ਦਿਸ ਹੱਦਿਆਂ ਨੂੰ ਉਲੀਕਣਾ। ਬਿਲਕੁਲ, ਰਸਤੇ ਵਿੱਚ ਨਾ ਡੋਲ ਜਾਇਓ ਬਾਬੇ ਨਾਨਕ ਦੇ ਵਾਰਸੋ, ਗਿਣਤੀ ਥੋੜੀ ਨਹੀਂ ਹੈ ਮਲਮਾਂ ਲਾਉਣ ਵਾਲਿਆਂ ਦੀ, ਪਰ ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਹੈ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ, ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਹੈ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ। ਬਿਲਕੁਲ, ਅੱਜ ਤੁਸੀਂ ਇੱਥੇ ਆਏ ਹੋ, ਜਿਹੜੇ ਲੋਕ ਦੇਖੇ ਸੀ, ਹਾਂਜੀ, ਇਹ ਉਹ ਮਲਮਾਂ ਲਾਉਣ ਵਾਲੇ ਲੋਕ ਸੀ ਜਿਹੜੇ ਮੈਨੂੰ ਅੱਜ ਹੌਸਲਾ ਅਫਜ਼ਾਈ ਦੇਣ ਵਾਸਤੇ ਇੱਥੇ ਆਏ ਸੀ, ਕੁਛ ਸਿੱਖਣ ਵਾਸਤੇ। ਬਿਲਕੁਲ, ਇਹ ਸਾਰੇ ਲੋਕ ਉਹ ਸੀ ਜਿਹੜੇ ਐਪਰੀਸ਼ੀਏਸ਼ਨ ਕਰਨ ਵਾਸਤੇ ਆਏ ਸੀ, ਇਹ ਮਲਮਾਂ ਲਾਉਣ ਵਾਲੇ ਲੋਕ ਨੇ। ਹਾਂਜੀ, ਇਹ ਤਾਂ ਹੀ ਆਉਣਗੇ ਜੇ ਤੁਸੀਂ ਪੈਰ ਜ਼ਖਮੀ ਕਰੋਗੇ, ਤਾਂ
ਜੇ ਪੈਰ ਹੀ ਨਹੀਂ ਜ਼ਖਮੀ ਕਰਨੇ ਤਾਂ ਫਿਰ ਮਲਮਾ ਕੌਣ ਲੈ ਕੇ ਆਉਂਦੇ ਵਾਸਤੇ ਤੁਰਨਾ ਪੈਣਾ। ਹਾਂ, ਤੁਹਾਨੂੰ ਨਵੇਂ ਰਸਤਿਆਂ ਦੇ ਉੱਤੇ ਤੁਰਨਾ ਪੈਣਾ, ਪੈਰ ਜ਼ਖਮੀ ਕਰਨੇ ਪੈਣੇ ਆ। ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ, ਜੇ ਬਣੇ ਰਾਹਾਂ ਤੇ ਚੱਲਣਾ ਫਿਰ ਤਾਂ ਭੀੜ ਹੈਗੀ ਹੈ, ਸਾਰੇ ਲੋਕ ਤੁਰੇ ਜਾਂਦੇ, ਫਿਰ ਭੇਡ ਚੱਲ ਵਾਂਗੂ ਜਿੱਧਰ ਇੱਕ ਜਣਾ ਤੁਰੇ ਜਾਂਦਾ ਫਿਰ ਤੁਹਾਨੂੰ ਨਵੇਂ ਰਸਤੇ ਬਣਾਓਗੇ ਤਾਂ ਪੈਰ ਜ਼ਖਮੀ ਕਰਨੇ ਪੈਣਗੇ। ਬਿਲਕੁਲ, ਸੋ ਮੇਰੇ ਪੈਰ ਜ਼ਖਮੀ ਹੋਏ ਨੇ ਤੇ ਅੱਜ ਜੋ ਇਹ ਲੋਕ ਇੱਥੇ ਪਹੁੰਚ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ, ਇਹ ਸਾਰੇ ਉਹ ਮਲਮਾ ਲਾਉਣ ਵਾਲੇ ਲੋਕ ਨੇ। ਹਾਂਜੀ ਹਾਂਜੀ, ਇੱਕ ਮੇਰੇ ਮਨ 'ਚ ਸਵਾਲ ਸੀਗਾ, ਜਿਵੇਂ ਆਪਣੀ ਪਹਿਲਾਂ ਗੱਲਬਾਤ ਹੋ ਰਹੀ ਸੀ ਔਰਗੈਨਿਕ ਖੇਤੀ, ਔਰਗੈਨਿਕ ਖੇਤੀ ਦਾ ਸਾਰੇ ਪਾਸੇ ਨਾ ਸਾਰੇ ਹੀ ਕਹਿੰਦੇ ਵੀ ਔਰਗੈਨਿਕ ਸੋਚਦੇ ਆ ਵੀ ਕਰਾਂਗੇ, ਔਰਗੈਨਿਕ ਖੇਤੀ ਕਰਦੇ ਆ। ਇੱਕ ਤੁਸੀਂ ਔਰਗੈਨਿਕ ਖੇਤੀ ਦੀ ਗੱਲ ਤੇ ਇੱਕ ਨਿਊਟ੍ਰੀਸ਼ਨ ਤੋਂ ਬਿਨਾਂ ਜਿਹੜੀ ਫਸਲ ਆਪਣੀ ਉਹਦੀ ਗੱਲ, ਉਹਦਾ ਫਰਕ ਕੀ ਹੈ? ਇਹਦੇ 'ਚ ਤਾਂ ਬੇਸਿਕਲੀ ਖੇਤੀ ਦੇ ਵਿੱਚ ਜੇ ਖੇਤੀ ਦੀਆਂ ਕੈਟਾਗਰੀਆਂ ਬਣਾਉਣੀਆਂ ਹੋਣ, ਵੰਡਣਾ ਹੋਵੇ ਤਾਂ ਖੇਤੀ ਨੂੰ ਮੈਂ ਦੋ ਹੀ ਹਿੱਸਿਆਂ 'ਚ ਵੰਡਦਾ। ਠੀਕ ਹੈ। ਇੱਕ ਤਾਂ ਖੇਤੀ ਉਹ ਹੈ ਜਿੱਥੇ ਖੇਤੀ ਤੁਹਾਡਾ ਲਾਈਫ ਸਟਾਈਲ ਹੈ, ਜੀਵਨ ਸ਼ੈਲੀ ਹੈ। ਇੱਕ ਖੇਤੀ ਉਹ ਹੈ ਜਿੱਥੇ ਖੇਤੀ ਧੰਦਾ ਹੈ। ਠੀਕ ਹੈ, ਠੀਕ ਹੈ। ਹਾਂਜੀ, ਜਿਵੇਂ ਆਮ ਕੈਮੀਕਲ ਖੇਤੀ ਕੀਤੀ ਜਾਂਦੀ ਹੈ, ਇਹ ਧੰਦੇ ਵਾਲੀ ਖੇਤੀ ਹੈ। ਹਾਂਜੀ, ਬਿਜ਼ਨਸ ਹੋ ਗਿਆ। ਹਾਂ, ਮੈਂ ਵੀ ਜਿਹੜੀ ਖੇਤੀ ਕਰਦਾ ਸੀ 10 ਸਾਲ, ਮੈਂ ਜਿਹੜੀ ਖੇਤੀ ਹੈ ਉਹ ਮੈਂ ਤਾਂ ਮੇਰੀ ਔਰਗੈਨਿਕ ਸੀ, ਪਰ ਉਹ ਧੰਦਾ ਸੀ। ਠੀਕ ਹੈ, ਠੀਕ ਹੈ। ਮੈਂ ਜਦੋਂ ਆਪਣੇ ਖੇਤ ਦਾ ਨਾਮ ਸੋਹਣਗੜ੍ਹ ਨੈਚੁਰਲ ਫਾਰਮ ਰੱਖਿਆ ਤੇ ਮੈਂ 10 ਸਾਲ ਇਹਦਾ ਨਾਮ ਰੱਖਿਆ ਤੇ ਮੈਂ ਖੇਤੀ ਕਰਦਾ ਰਿਹਾ ਤੇ ਮੇਰੀ ਕੋਸ਼ਿਸ਼ ਇਹ ਸੀ ਕਿ ਵੱਧ ਪੈਸਾ ਕਿਵੇਂ ਕਮਾਉਣਾ ਹੈ। ਹਾਂਜੀ, ਠੀਕ ਹੈ। ਖੇਤੀ ਇੱਕ ਧੰਦਾ ਬਣਾ ਕੇ ਕੰਮ ਕਰਨਾ ਹੈ। ਹਾਂਜੀ, ਪਰ ਮੈਂ 10 ਸਾਲਾਂ ਬਾਅਦ ਇਹ ਸਮਝ ਪਾਇਆ ਕਿ ਖੇਤੀ ਧੰਦਾ ਨਹੀਂ ਹੈ। ਹਾਂਜੀ, ਇਹ ਤੁਹਾਡਾ ਲਾਈਫ ਸਟਾਈਲ ਹੈ, ਜੀਵਨ ਸ਼ੈਲੀ ਹੈ। ਇਹ ਮਿੱਟੀ ਜਿਹੜੀ, ਇਹ ਧਰਤੀ ਮਾਂ, ਇਹ ਤੁਹਾਡੀਆਂ ਜ਼ਰੂਰਤਾਂ ਦੀ ਪੂਰਤੀ ਦਾ ਸਾਧਨ ਹੈ, ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦੂਗੀ। ਮੈਨੂੰ ਕੁੱਲੀ ਗੁੱਲੀ ਜੁੱਲੀ ਦੀਆਂ ਜਿਹੜੀਆਂ ਜ਼ਰੂਰਤਾਂ, ਰੋਟੀ ਕੱਪੜਾ ਮਕਾਨ ਦੀਆਂ, ਮੇਰੇ ਦਾਦੇ ਨੂੰ ਉਹ ਸਾਰੀ ਮੇਰੇ 5 ਏਕੜ ਦੇ ਖੇਤ 'ਚੋਂ ਪੈਦਾ ਪੂਰੀਆਂ ਹੋ ਜਾਂਦੀਆਂ ਸੀ। ਹਾਂਜੀ, ਜਦੋਂ ਉਹਨੂੰ ਬਾਜ਼ਾਰ ਨੇ ਆ ਕੇ ਕਿਹਾ ਕਿ ਤੂੰ ਧੰਦਾ ਕਰ, ਹਾਂਜੀ ਤੂੰ ਖੇਤੀ ਕਿਉਂ ਕਰਦਾ, ਤੂੰ ਧੰਦਾ ਕਰ, ਤੂੰ ਵੇਚਿਆ ਕਰ, ਪੈਸੇ ਕਮਾ, ਪੈਸੇ ਆਉਣਗੇ ਤੇਰੇ ਕੋਲੇ, ਹਾਂਜੀ, ਤਾਂ ਮੇਰੇ ਬਾਪ ਮੇਰੇ ਦਾਦੇ ਨੇ ਉਹਨਾਂ ਦੇ ਮਗਰ ਲੱਗ ਕੇ ਕੀ ਗਵਾਇਆ, ਆਪਣੀ ਆਜ਼ਾਦੀ ਗਵਾਤੀ। ਹਾਂਜੀ, ਆਪਣੀ ਆਜ਼ਾਦੀ ਗਵਾਤੀ। ਹਾਂਜੀ, ਜਦੋਂ ਮੇਰੇ ਬਾਪ ਦੇ ਕੋਲੇ ਇਹ ਖੇਤੀ ਆਈ ਤਾਂ ਉਹਦੇ ਕੋਲੇ ਬੀਜ ਆਪਣੇ ਨਹੀਂ ਸੀ, ਹਾਂਜੀ ਉਹਦੇ ਕੋਲੇ ਖਾਦਾਂ ਆਪਣੀਆਂ ਨਹੀਂ ਸੀ, ਸਪਰੇਆਂ ਆਪਣੀਆਂ ਨਹੀਂ ਸੀ, ਉਹ ਬਾਜ਼ਾਰ ਦੇ ਮੂਹਰੇ ਠੂਠਾ ਲੈ ਕੇ ਮੰਗਣ ਜਾਂਦਾ ਸੀ। ਬਿਲਕੁਲ, ਤੇ ਵੇਚਣ ਵਾਸਤੇ ਫਿਰ ਬਾਜ਼ਾਰ ਦੀਆਂ ਮਿੰਨਤਾਂ ਕਰਦਾ ਸੀ, ਮੇਰਾ ਲੈ ਲਓ। ਹਾਂਜੀ, ਕੀ ਗਵਾਇਆ ਕਿਸਾਨ ਨੇ? ਕੀ ਗਵਾਇਆ? ਆਪਣੀ ਆਜ਼ਾਦੀ ਗਵਾਤੀ ਤੇ ਗੁਲਾਮੀ ਖਰੀਦੀ ਹੈ ਜਦੋਂ ਧੰਦਾ ਬਣਾਇਆ। ਤੇ ਅੱਜ ਹਰ ਥਾਂ ਤੇ ਪ੍ਰਚਾਰਿਆ ਇਹੀ ਜਾਂਦਾ ਹੈ ਕਿ ਇਹਨੂੰ ਇੰਨੇ ਲੱਖ ਕਮਾਓ, ਇਹਨੂੰ ਧੰਦਾ ਬਣਾ ਕੇ ਕਰੋ, ਇਹਦੇ ਚੋਂ ਐਂ ਕਮਾਓ, ਐਂ ਕਮਾਓ। ਜੇ ਕੰਪੀਟੀਸ਼ਨ ਹੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕੰਪੀਟੀਸ਼ਨ ਹੀ ਇੰਨਾ ਵੱਧ ਗਿਆ, ਜਿਵੇਂ ਗੁਆਂਢੀ ਗੁਆਂਢੀ ਨੂੰ ਕਹਿੰਦਾ ਮੇਰੀ ਤਾਂ  90 ਹੋ ਗਈ, ਮਾਂ ਹੋ ਗਈ, ਉਹ ਕਹਿੰਦਾ ਤੇਰੀ ਕਿੰਨੀ ਹੋ ਗਈ, ਹਨਾ। ਖੇਤੀ ਧੰਦਾ ਨਹੀਂ ਹੈ, ਖੇਤੀ ਖੇਤੀ ਜੀਵਨ ਸ਼ੈਲੀ ਹੈ, ਲਾਈਫ ਸਟਾਈਲ ਹੈ। ਹਾਂਜੀ ਹਾਂਜੀ, ਜਦੋਂ ਹੀ ਧੰਦਾ ਬਣਾਵਾਂਗੇ ਤੁਸੀਂ ਤਾਂ ਧੰਦੇ ਦੇ ਵਿੱਚ ਨੁਕਸਾਨ ਕਿਸਾਨ ਦਾ ਹੀ ਹੋਣਾ, ਕਿਸਾਨ ਦਾ ਨੁਕਸਾਨ ਹੋਊਗਾ। ਬਿਲਕੁਲ ਬਿਲਕੁਲ। ਆਪਾਂ ਇੱਕ ਪਾਸੇ ਨਾ ਪੰਜਾਬ ਦੀ ਗੱਲ ਕਰਦੇ ਹਾਂ, ਅੱਜ ਦੀ ਪ੍ਰੈਜ਼ੈਂਟ ਹਾਲਾਤਾਂ ਦੀ ਗੱਲ ਕਰਦੇ ਹਾਂ, ਜਿੱਥੇ ਯੂਥ ਬਾਹਰ ਨੂੰ ਭੱਜ ਰਿਹਾ, ਆਪਣੀ ਧਰਤੀ ਛੱਡ ਕੇ, ਹਨਾ, ਬਾਹਰ ਨੂੰ ਭੱਜ ਰਿਹਾ, ਉੱਥੇ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਵੀ ਪੰਜਾਬ ਤਾਂ ਹੀ ਬਚ ਸਕਦਾ ਜੇ ਨਿਊਟ੍ਰੀਸ਼ਨ ਦੇ ਸਰਕਲ ਨੂੰ ਸਹੀ ਕੀਤਾ ਜਾਵੇ, ਕਿਉਂਕਿ ਆਪਾਂ ਨਿਊਟ੍ਰੀਸ਼ਨ, ਜਿਵੇਂ ਤੁਸੀਂ ਪਹਿਲਾਂ ਵੀ ਤੁਹਾਡੀਆਂ ਗੱਲਾਂ ਸੁਣੀਆਂ, ਹਨਾ, ਨਿਊਟ੍ਰੀਸ਼ਨ ਆਪਾਂ ਸਾਰਾ ਵੇਚ ਦਿੱਤਾ ਹੈ, ਕੀ ਲੱਗਦਾ ਕਿੱਦਾਂ ਬਦਲਾਵ ਆ ਜਾਊਗਾ? ਜਿਹੜਾ ਨਾ ਸਾਰੀਆਂ ਪ੍ਰੋਬਲਮਸ ਨੇ, ਸਾਰੀਆਂ ਪ੍ਰੋਬਲਮਸ ਦੀ ਰੂਟ ਕੌਜ਼ ਆ ਜਿਹੜਾ ਪੰਜਾਬ ਦੀਆਂ ਪ੍ਰੋਬਲਮਸ ਨੂੰ ਚੱਕ ਲਓ ਤੁਸੀਂ, ਸਾਡੇ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਜਿਹੜੀਆਂ ਮੋਟੀਆਂ ਮੋਟੀਆਂ ਸਮੱਸਿਆਵਾਂ ਨੇ, ਲਾਅ ਐਂਡ ਆਰਡਰ ਦੀ ਸਮੱਸਿਆ ਹੈ, ਸਾਡੀ ਮਾਈਗ੍ਰੇਸ਼ਨ ਦੀ ਸਮੱਸਿਆ ਹੈ, ਠੀਕ ਹੈ, ਸਾਡੇ ਨਸ਼ੇ ਦੀ ਸਮੱਸਿਆ ਹੈ, ਹੈ ਹੋਰ ਸਾਡੀ ਸੋਸਾਇਟੀ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਨੇ, ਸਾਰੀਆਂ ਸਮੱਸਿਆਵਾਂ ਦੀ ਜਿਹੜੀ ਰੂਟ ਕੌਜ਼ ਆ ਨਾ, ਜਿਹੜੀ ਜੜ ਹੈ, ਹਾਂਜੀ, ਉਹ ਮਿੱਟੀ ਨਾਲ ਜੁੜਦੀ ਹੈ, ਫੂਡ ਨਾਲ ਜੁੜਦੀ ਹੈ, ਭੋਜਨ ਨਾਲ ਜੁੜਦੀ ਹੈ। ਠੀਕ ਹੈ, ਠੀਕ ਹੈ। ਜਦੋਂ ਕਿਸੇ ਖਿੱਤੇ ਦੇ ਵਿੱਚੋਂ ਭੋਜਨ ਮੁੱਕਦਾ ਹੈ ਨਾ, ਹਾਂਜੀ, ਉਦੋਂ ਲੋਕਾਂ ਦੇ ਕਰੈਕਟਰ ਵੀ ਡਿੱਗਦੇ ਨੇ, ਉਹਨਾਂ ਦੇ ਐਥਿਕਸ ਵੀ ਡਿੱਗਦੇ ਨੇ, ਉਹਨਾਂ ਦੀਆਂ ਵੈਲਿਊਜ਼ ਵੀ ਡਿੱਗਦੀਆਂ ਨੇ। ਠੀਕ ਹੈ, ਕਰੈਕਟਰ ਉਹਨਾਂ ਲੋਕਾਂ ਦੇ ਉੱਚੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਖਾਣ ਲਈ ਦਾਣੇ ਹੈ। ਜਦੋਂ ਢਿੱਡ ਭੁੱਖਾ ਹੋਵੇ ਨਾ, ਉਦੋਂ ਤੁਹਾਡੀਆਂ ਕੋਈ ਜ਼ਬਾਨਾਂ ਨਹੀਂ, ਕੋਈ ਕੁਛ ਨਹੀਂ ਹੁੰਦਾ।
ਠੀਕ ਹੈ, ਤੇ ਉਦੋਂ ਤੁਹਾਡੇ 'ਚ ਲੱਖ ਤਰ੍ਹਾਂ ਦੇ ਐਬ ਵੀ ਆਉਣਗੇ, ਤੁਹਾਡੇ 'ਚ ਬਹੁਤ ਸਮੱਸਿਆਵਾਂ ਖੜੀਆਂ ਹੋਣਗੀਆਂ। ਅੱਜ ਪੰਜਾਬ ਇੰਨੀਆਂ ਸਮੱਸਿਆਵਾਂ ਦੇ ਵਿੱਚ ਘਿਰ ਗਿਆ, ਠੀਕ ਹੈ, ਉਹ ਸਾਰੀਆਂ ਸਮੱਸਿਆਵਾਂ ਦੇ ਘਿਰਨ ਦਾ ਵੱਡਾ ਕਾਰਨ ਜਿਹੜਾ ਹੈਗਾ ਕਿ ਪੰਜਾਬ ਕੋਲੇ ਨਿਊਟ੍ਰੀਸ਼ਨ ਮੁੱਕ ਗਿਆ, ਫੂਡ ਮੁੱਕ ਗਿਆ, ਭੋਜਨ ਦੇ ਖੁਰਾਕੀ ਤੱਤ ਮਿੱਟੀ 'ਚੋਂ ਮੁੱਕ ਗਏ। ਪਰ ਪੰਜਾਬ ਨੂੰ ਤਾਂ ਅੰਨਦਾਤਾ ਕਿਹਾ ਜਾਂਦਾ ਨਾ? ਬਿਲਕੁਲ ਬਿਲਕੁਲ, ਇਹ ਜਿਹੜਾ ਅੰਨਦਾਤਾ ਇਹ ਸਾਨੂੰ ਜਿਹੜਾ ਸੀਗਾ ਤੜਿਆ ਕੇ ਇਹਦੇ ਸਾਡਾ ਸਾਰਾ ਨਿਊਟ੍ਰੀਸ਼ਨ ਸਾਡਾ ਖੋਇਆ, ਸਾਡੇ ਤੋਂ ਖਿੱਚ ਖੋਇਆ ਗਿਆ। ਅਸੀਂ ਅੰਨਦਾਤਾ ਬਣਦੇ ਬਣਦੇ ਦੇਸ਼ ਦਾ ਢਿੱਡ ਭਰਦੇ ਭਰਦੇ ਅੱਜ ਖੁਦ ਭੁੱਖ ਨਾਲ ਮਰ ਰਹੇ ਹਾਂ। ਬਿਲਕੁਲ, ਅੱਜ ਸਾਡੇ ਕੋਲੇ ਮਿੱਟੀ ਦੇ ਵਿੱਚ ਖੁਰਾਕੀ ਤੱਤ ਨਹੀਂ ਹੈ, ਅਸੀਂ ਦੇਸ਼ ਦਾ ਢਿੱਡ ਜ਼ਰੂਰ ਭਰਤਾ ਪਰ ਆਪ ਭੁੱਖੇ ਹੋ ਗਏ। ਸਾਡਾ ਛੋਟਾ ਜਿਹਾ, ਸਾਡਾ ਛੋਟਾ ਜਿਹਾ ਪਿੰਡ ਹੈ, ਸਾਡੇ ਦੂਜੇ ਤੀਜੇ ਦਿਨ ਇੱਕ ਲਾਸ਼ ਉੱਠਦੀ ਹੈ ਪਿੰਡ ਦੇ ਵਿੱਚੋਂ। ਜਦੋਂ ਕਿਤੇ ਅਫਸੋਸ ਕਰਨ ਜਾਵਾਂ ਤਾਂ ਉਹ ਗੱਲਾਂ ਚੱਲ ਪੈਂਦੀਆਂ ਨੇ, ਤਾਂ ਮੈਂ ਕਹਿੰਦਾ ਕਿ ਭੁੱਖ ਦੀਆਂ ਮੌਤਾਂ ਨੇ, ਭੁੱਖ ਨਾਲ ਮਰ ਰਹੇ ਹਾਂ। ਹਾਂਜੀ, ਤੇ ਅਗਲਾ ਕਹਿੰਦਾ ਯਾਰ ਭੁੱਖ ਨਾਲ ਵੀ, ਸਾਡੇ ਤਾਂ ਇੰਨਾ ਫੂਡ ਹੈ, ਸਾਰਾ ਕੁਛ ਫੂਡ ਤਾਂ ਵਿਕਦਾ ਨਹੀਂ ਪਿਆ। ਹਾਂਜੀ, ਤਾਂ ਪਰ ਉਹ ਫੂਡ ਨਹੀਂ ਹੈ, ਉਹ ਫੂਡ ਵਰਗੀ ਦਿਖਦੀ ਚੀਜ਼ ਹੈ। ਆ ਜਿਹੜਾ ਖੇਤਾਂ ਦੇ ਵਿੱਚ ਤੁਸੀਂ ਕਣਕ ਚਾਵਲ ਝੋਨੇ ਦੀਆਂ ਟਰਾਲੀਆਂ ਤੇ ਆਹ ਸਾਰਾ ਕੁਛ ਦੇਖ ਰਹੇ ਹੋ ਨਾ, ਰੇਹੜੀਆਂ ਭਰੀਆਂ ਪਈਆਂ, ਮਾਲ ਭਰੇ ਪਏ ਹੈ, ਇਹਦੇ ਵਿੱਚ ਕੁਛ ਨਹੀਂ ਹੈ। ਹਾਂਜੀ, ਇਹਦੇ ਚ ਖੁਰਾਕੀ ਤੱਤ ਮੁੱਕ ਗਏ ਨੇ, ਢੇਰ ਨੇ, ਇਹ ਢੇਰ ਨੇ, ਇਹ ਫੂਡ ਵਰਗੀ ਦਿਖਦੀ ਚੀਜ਼ ਹੈ, ਭੋਜਨ ਵਰਗੀ ਦਿਖਦੀ ਚੀਜ਼ ਹੈ। ਅਸੀਂ ਗਾਜਰ, ਮੂਲੀ, ਗੋਭੀ, ਮਟਰ ਬਹੁਤ ਕੁਛ ਬਣਾ ਲਿਆ, ਹਾਂਜੀ, ਉਹਦੇ ਵਰਗਾ, ਪਰ ਇਹਦੇ ਵਿੱਚ ਖੁਰਾਕੀ ਤੱਤ ਹੀ ਨਹੀਂ ਹੈ, ਮਤਲਬ ਉਹ ਹੈ ਨਹੀਂ, ਖਾਣ ਨੂੰ ਨਹੀਂ। ਜ਼ਹਿਰਾਂ ਹੋਣੀਆਂ ਤਾਂ ਇੱਕ ਵੱਖਰਾ ਪਹਿਲੂ ਹੈ ਹੀ ਹੈ, ਬਿਲਕੁਲ, ਪਰ ਇਹਦੇ ਵਿੱਚ ਖੁਰਾਕੀ ਤੱਤ ਹੀ ਹੈ ਨਹੀਂ। ਹਾਂਜੀ ਹਾਂਜੀ, ਤੇ ਸਾਡਾ ਫੂਡ ਖੁਰਾਕੀ ਤੱਤ ਹੈ, ਸਾਡਾ ਫੂਡ ਗਾਜਰ, ਮੂਲੀ, ਗੋਭੀ, ਗਾਜਰ ਇਹ ਨਹੀਂ ਹੈ, ਸਾਡਾ ਫੂਡ ਖੁਰਾਕੀ ਤੱਤ ਹੈ। ਹਾਂਜੀ, ਖੁਰਾਕੀ ਤੱਤ ਮਿੱਟੀ 'ਚੋਂ ਹੀ ਆਉਣੇ ਨੇ, ਹਾਂਜੀ, ਹੋਰ ਕੋਈ ਸਾਧਨ ਹੈ ਨਹੀਂ। ਮੇਰੇ ਨਾ ਇੱਕ ਮਨ 'ਚ ਸਵਾਲ ਸੀਗਾ, ਕਈ ਤਰ੍ਹਾਂ ਦੇ ਲੋਕ ਆ ਸਮਾਜ ਦੇ ਵਿੱਚ, ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ, ਜਿਵੇਂ ਆਪਾਂ ਗੱਲ ਕਰਦੇ ਹਨਾ, ਜਿੱਥੇ ਅੱਜ ਜਿਹੜੇ ਆਪਣਾ ਯੂਥ ਆ, ਯੂਥ ਨਿਊਡਲ ਬਰਗਰ ਪੀਜ਼ਿਆਂ ਪਿੱਛੇ ਹਨਾ ਡੁੱਲਦਾ ਫਿਰਦਾ ਹੈ, ਤੁਸੀਂ ਉੱਥੇ ਗੱਲ ਕਰਦੇ ਹੋ ਕਿ ਤੁਸੀਂ ਆਪਣਾ ਜੇ ਸਿਹਤ ਬਚਾਉਣੀ ਹੈ ਤੁਸੀਂ ਪੱਤੇ ਖਾਓ, ਹਨਾ ਆਹ ਚੀਜ਼ ਖਾਓ, ਸਮਾਜ ਕਿੱਦਾਂ ਲੱਗੂਗਾ ਵੀ ਇਸ ਚੀਜ਼ ਤੇ, ਕਿੱਦਾਂ ਤੁਹਾਡੀ ਗੱਲ ਨੂੰ ਫੋਲੋ ਕਰੂਗਾ, ਕਿੱਦਾਂ ਇਹ ਚੀਜ਼ ਹੋ ਸਕਦੀ ਹੈ, ਕਿੱਦਾਂ ਪੋਸੀਬਲ, ਕਿੱਦਾਂ ਇਹ? ਦੇਖੋ, ਅਸੀਂ ਨਾ ਕੰਫਰਟ ਜ਼ੋਨ 'ਚ ਚਲੇ ਗਏ ਹਾਂ, ਬਿਲਕੁਲ, ਹਨਾ, ਤਾਂ ਕੰਫਰਟ ਜ਼ੋਨ ਦੇ ਵਿੱਚੋਂ ਨਿਕਲਣਾ ਹੀ ਮੁਸ਼ਕਿਲ ਹੈ, ਹਾਂਜੀ, ਇਹੀ ਔਖਾ ਹੈ, ਹਾਂਜੀ। ਤਾਂ ਅੱਜ ਸਮਾਜ ਸਾਡਾ ਜਿਹੜਾ ਉਹ ਸਾਰਾ ਕੰਫਰਟ ਜ਼ੋਨ 'ਚ ਹੈ, ਬਿਲਕੁਲ, ਤੇ ਕਿਸੇ ਨੂੰ ਕਹਿ ਦਈਏ ਕਿ ਤੂੰ ਆ ਕੇ ਆਪਦਾ ਫਸਲ ਆਪ ਉਗਾ ਤੇ ਆਪ ਪੈਦਾ ਕਰ, ਉਹ ਮੈਂ ਨਹੀਂ ਇਹ ਕਰ ਸਕਦਾ, ਮੈਂ ਕੰਫਰਟ ਜ਼ੋਨ 'ਚ ਸੌਖਾ, ਮੈਨੂੰ ਰੈਡੀਮੇਡ ਮਿਲਦਾ ਨਾ, ਹਾਂਜੀ, ਭਾਈ ਕੰਫਰਟ ਜ਼ੋਨ 'ਚੋਂ ਨਿਕਲਣਾ ਕੋਈ ਇੰਨਾ ਸੌਖਾ ਨਹੀਂ ਹੈ, ਇਹ ਬਹੁਤ ਔਖਾ ਹੈ, ਹਾਂਜੀ, ਤੇ ਸੰਕਟ ਤਾਂ ਵੱਡਾ ਇਹੋ ਹੀ ਹੈ, ਹੋਰ ਖੇਤੀ ਕਰਨੀ ਕੋਈ ਔਖੀ ਨਹੀਂ, ਵੱਡਾ ਔਖਾ ਕੰਮ ਤਾਂ ਕੰਫਰਟ ਜ਼ੋਨ ਛੱਡਣਾ ਹੈ, ਠੀਕ ਹੈ, ਜਿਹੜਾ ਛੱਡਣਾ ਬਹੁਤ ਮੁਸ਼ਕਿਲ ਹੈ, ਠੀਕ ਹੈ, ਹਾਂ, ਤੇ ਉਹਦਾ ਉਹਦਾ ਸੰਤਾਪ ਵੀ ਹੰਢਾ ਰਹੇ ਹਾਂ, ਹਾਂਜੀ, ਸਾਰਾ ਸਮਾਜ ਹੰਢਾ ਰਿਹਾ, ਹਾਂਜੀ, ਤੇ ਜਿਹੜਾ ਹਸਪਤਾਲਾਂ ਦੇ ਵਿੱਚ ਤੁਹਾਨੂੰ ਬੈੱਡ ਨਹੀਂ ਮਿਲਦੇ, ਜਿਹੜੇ ਹਾਲਾਤ ਬਣੇ ਹੋਏ ਨੇ, ਸਭ ਦੇ ਸਾਹਮਣੇ, ਮਤਲਬ ਅਸੀਂ ਬੀਜੀਆਂ ਉਹ ਚੀਜ਼ਾਂ ਤੇ ਉਹ ਸਾਡੇ ਗਾੜੀ ਆ ਰਹੀਆਂ ਨੇ, ਬਿਲਕੁਲ, ਤੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਫਾਰਮਰ ਦੀ ਗੱਲ ਕਰਦੇ ਹਾਂ, ਖੇਤੀ ਦੀ ਗੱਲ ਕਰਦੇ ਹਾਂ, ਸੁਸਾਈਡ ਬਹੁਤ ਸੁਸਾਈਡ ਵੱਧ ਰਹੇ ਨੇ, ਕੀ ਕਾਰਨ ਮੰਨਦੇ ਹੋ ਖੇਤੀ ਦੇ? ਇਹ ਸਭ ਦਾ ਸੰਬੰਧ ਫੂਡ ਨਾਲ ਹੈ, ਜਦੋਂ ਫੂਡ ਮੁੱਕਦਾ ਹੈ ਨਾ ਤਾਂ ਉਦੋਂ ਸਟ੍ਰੈਸ ਵੀ ਆਉਂਦਾ ਹੈ, ਡਿਪਰੈਸ਼ਨ ਵੀ ਆਉਂਦਾ ਹੈ, ਠੀਕ ਹੈ, ਤਾਂ ਜਦੋਂ ਪੰਜਾਬ ਦੇ ਵਿੱਚ ਫੂਡ ਮੁੱਕਿਆ, ਹਾਂਜੀ, ਤਾਂ ਉਦੋਂ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਅਲਾਮਤਾਂ ਆਉਣਗੀਆਂ, ਇਹ ਸਟ੍ਰੈਸ ਹੋਰ ਬੜਾ ਹਾਈ ਹੋਣਾ ਹੈ, ਠੀਕ ਹੈ, ਬਹੁਤ ਬਹੁਤ ਭਿਆਨਕ ਰੂਪ ਲੈਣਾ ਇਹਨੇ, ਬਹੁਤ ਭਿਆਨਕ ਲੈਣਾ, ਠੀਕ ਹੈ, ਠੀਕ ਹੈ, ਅੰਤ ਕੀ ਮੰਨਦੇ ਹੋ ਇਸ ਚੀਜ਼ ਦਾ? ਅਸੀਂ ਬਹੁਤ ਖਤਰਨਾਕ ਦੌਰ ਵੱਲ ਨੂੰ ਵੱਧ ਰਹੇ ਹਾਂ, ਹਿਊਮਨ ਸਿਵਲਾਈਜੇਸ਼ਨ ਦਾ ਖਤਰਾ ਹੈ, ਮੈਨੂੰ ਤਾਂ ਮਨੁੱਖੀ ਹੋਂਦ ਦਾ ਹੀ ਖਤਰਾ ਦਿਖ ਰਿਹਾ ਹੈ, ਠੀਕ ਹੈ, ਬਹੁਤ ਖਤਰਨਾਕ ਦੌਰ ਵੱਲ ਨੂੰ ਵੱਧ ਰਹੇ ਹਾਂ, ਇੰਨਾ ਵੱਡਾ ਲਾਸ ਹੋ ਰਿਹਾ ਹੈ ਕਿ ਇਹ ਰਿਪੇਅਰ ਨਹੀਂ ਹੋਣਾ, ਇਹ ਇਰਰਿਪੇਅਰੇਬਲ ਲਾਸ ਹੈ, ਹਾਂਜੀ, ਸਾਡਾ ਪਾਣੀ ਮੁੱਕ ਰਿਹਾ ਹੈ, ਪਲੀਤ ਹੋ ਗਿਆ, ਹਾਂਜੀ, ਇਹਦੇ ਬਾਰੇ ਸਾਨੂੰ ਦਿਖਦਾ ਹੈ, ਇਹਦੇ ਬਾਰੇ ਗੱਲਾਂ ਹੁੰਦੀਆਂ ਨੇ, ਪਰ ਮਿੱਟੀ 'ਚੋਂ ਖੁਰਾਕੀ ਤੱਤ ਮੁੱਕ ਕੇ ਦਿਖਦੇ ਨਹੀਂ ਕਿਸੇ ਨੂੰ, ਹਾਂਜੀ, ਲੋਕਾਂ ਨੂੰ ਝੋਨੇ ਕਣਕ ਖੜੇ
ਖੇਤਾਂ ਦੇ ਵਿੱਚ ਦਿਖ ਰਹੇ ਨੇ ਤਾਂ ਉਹਨਾਂ ਨੂੰ ਮੇਰੀਆਂ ਗੱਲਾਂ ਵੀ ਮਜ਼ਾਕ ਜਿਹੀਆਂ ਲੱਗਦੀਆਂ, ਹਾਂਜੀ ਹਾਂਜੀ, ਟੀਚਰਾਂ ਵੀ ਕਰਨਗੇ ਥੱਲੇ ਕਮੈਂਟ ਵੀ ਕਰਨਗੇ ਕਿ ਐਂ ਥੋੜਾ ਖਰਾਕੀ ਤੱਤ ਮੁੱਕ ਜਾਂਦੇ ਆ। ਹਾਂਜੀ ਹਾਂਜੀ, ਮੇਰੇ ਨਾ ਇੱਕ ਮਨ ਚ ਸਵਾਲ ਵੀ ਸੀਗਾ ਪਾਣੀ ਨੂੰ ਲੈ ਕੇ, ਪਾਣੀ ਦੀ ਆਪਾਂ ਗੱਲ ਕੀਤੀ ਹੈ, ਜਿਵੇਂ ਪਹਿਲਾਂ ਗੱਲ ਕੀਤੀ ਕਿ ਇੱਕ ਸਰਕਲ ਆ ਹਨਾ, ਆਪਾਂ ਪਾਣੀ ਪੀਂਦੇ ਆ ਮੁੜਕਾ ਨਿਕਲਦਾ, ਜਾਂ ਫਿਰ ਆਪਣੇ ਤੁਸੀਂ ਪਹਿਲਾਂ ਗੱਲ ਕੀਤੀ ਆਪਣੀ ਧਰਤੀ ਤੇ ਪਾਣੀ ਆ ਉਹ ਮਤਲਬ ਉੱਪਰ ਜਾਂਦਾ ਵਾ ਫਿਰ ਪਾਣੀ ਥੱਲੇ ਆਉਂਦਾ, ਇੱਕ ਸਰਕਲ ਬਣਿਆ ਹੋਇਆ ਤੇ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਪਾਣੀ ਮੁੱਕ ਰਿਹਾ ਧਰਤੀ ਹੇਠੋਂ, ਮਤਲਬ ਕਿੱਦਾਂ ਇਹ ਕਿੱਦਾਂ ਜੇ ਸਰਕਲ ਆ ਤੇ ਫਿਰ ਮੁੱਕ ਕਿਵੇਂ ਸਕਦਾ? ਪਾਣੀ ਪਲੈਨਟ ਤੋਂ ਨਹੀਂ ਮੁੱਕ ਸਕਦਾ, ਪੂਰਾ ਪਲੈਨਟ ਨਾ ਸਾਰੀ ਧਰਤੀ ਤੋਂ, ਹਾਂਜੀ ਉਹਦੇ ਤੋਂ ਪਾਣੀ ਨਹੀਂ ਮੁੱਕ ਸਕਦਾ ਕਿਸੇ, ਜਿਹੜਾ ਆ ਪਾਣੀ ਮੁੱਕਣਾ ਹੈ ਇਹ ਤਾਂ ਸਾਡੀਆਂ ਗਲਤੀਆਂ ਦੇ ਨਾਲ ਅਸੀਂ ਖਰਾਬ ਕੀਤਾ ਨਾ, ਮੁਕਾਇਆ ਸੀ। ਹਾਂਜੀ ਮੇਰੇ ਖੇਤ ਦੇ ਵਿੱਚ ਜਿੰਨੀ ਮਰਜ਼ੀ ਬਾਰਿਸ਼ ਆ ਜਾਵੇ, ਜਿੰਨੀ ਮਰਜ਼ੀ ਆ ਜਾਵੇ, ਹਾਂਜੀ ਤੁਸੀਂ 2-3 ਘੰਟਿਆਂ ਬਾਅਦ ਆ ਜਾਓ ਜੇ, ਹਾਂਜੀ ਤੁਸੀਂ ਮੈਨੂੰ ਪਾਣੀ ਦਾ ਤੁਪਕਾ ਨਹੀਂ ਦਿਓ ਲੱਭੂਗਾ ਤੁਹਾਨੂੰ, ਸਾਰੇ ਦਾ ਸਾਰਾ ਵਾਟਰ ਰੀਚਾਰਜ ਹੋ ਜਾਣਾ ਹੈ। ਠੀਕ ਹੈ, ਤੇ ਸਾਰੇ ਪੰਜਾਬ 'ਚ ਹੁੰਦਾ ਸੀ, ਇਹ ਮੇਰੇ ਇਕੱਲੇ ਖੇਤ 'ਚ ਕੋਈ ਕਰਾਮਾਤ ਨਹੀਂ ਹੈ, 70 ਤੋਂ ਪਹਿਲਾਂ ਸਾਰੇ ਪੰਜਾਬ ਦੇ ਇਹੀ ਹਾਲਾਤ ਸੀ, ਜਿੰਨੀ ਬਾਰਿਸ਼ ਹੁੰਦੀ ਸੀ ਸਾਰੇ ਦਾ ਸਾਰਾ ਪਾਣੀ ਰੀਚਾਰਜ ਹੋ ਕੇ ਥੱਲੇ ਜਾਂਦਾ ਸੀ। ਠੀਕ ਹੈ, ਜਿਹੜਾ ਅਸੀਂ ਐਗਰੀਕਲਚਰ ਦਾ ਮਾਡਲ ਲੈ ਕੇ ਆਂਦਾ ਕੈਮੀਕਲ ਖੇਤੀ ਵਾਲਾ, ਜਿਹਦੇ ਵਿੱਚ ਅਸੀਂ ਹੈਵੀ ਮਸ਼ੀਨਰੀ ਚਲਾ ਚਲਾ ਕੇ ਪਾਣੀ ਹਾਰਡ ਪੈਨ ਬਣਾਤਾ, ਜ਼ਮੀਨ ਦੇ ਵਿੱਚ ਇੱਕ ਲੈਂਟਰ ਲਾਤਾ ਥੱਲੇ ਝੋਨਾ ਦੇ ਵਿੱਚ, ਉਹਦੇ ਨਾਲ ਪਾਣੀ ਥੱਲੇ ਜਾ ਹੀ ਨਹੀਂ ਸਕਦਾ। ਠੀਕ ਹੈ, ਤਾਂ ਉਹ ਪਾਣੀ ਨੇ ਫਲੋ ਕਰਨਾ, ਉਹ ਪਾਣੀ ਗਾਂ ਅੱਗੇ ਫਲੋ ਕਰੂਗਾ। ਠੀਕ ਹੈ, ਪਾਣੀ ਥੱਲੇ ਜਾਣਾ ਹੀ ਨਹੀਂ। ਹਾਂਜੀ, ਤੇ ਜਦੋਂ ਕੱਢੀ ਜਾਣਾ ਤੁਸੀਂ ਕੱਢੀ ਜਾਣਾ, ਅੱਗੇ ਥੱਲੇ ਵਿੱਚ ਜਾਣਾ ਨਹੀਂ ਤਾਂ ਪਾਣੀ ਮੁੱਕਣਾ ਹੀ ਹੈ। ਹਾਂਜੀ, ਇਹ ਕਿਹਨੇ, ਇਹ ਮਨੁੱਖ ਨੇ ਗਲਤ ਡਿਜ਼ਾਈਨ ਚੋਣ ਕੀਤਾ, ਕੁਦਰਤ ਦਾ ਡਿਜ਼ਾਈਨ ਥੋੜਾ ਗਲਤ ਹੋ ਗਿਆ, ਬਿਲਕੁਲ ਨੇਚਰ ਦਾ ਡਿਜ਼ਾਈਨ ਗਲਤ ਨਹੀਂ ਹੋ ਸਕਦਾ। ਹਾਂਜੀ ਹਾਂਜੀ, ਇਹ ਮਨੁੱਖ ਨੇ ਗਲਤ ਡਿਜ਼ਾਈਨ ਚੁਣ ਲਿਆ, ਮਤਲਬ ਉਸ ਚੀਜ਼ ਨੂੰ ਵਿਗਾੜਤਾ, ਕੁਦਰਤ ਦੇ ਨਾਲ ਛੇੜਖਾਨੀ। ਬਿਲਕੁਲ ਬਿਲਕੁਲ, ਤਾਂ ਅਸੀਂ ਇਹ ਜਿਹੜਾ ਡਿਜ਼ਾਈਨ ਛੇੜਿਆ ਅਸੀਂ ਭੁਗਤਾਂਗੇ। ਬਿਲਕੁ�ਲ ਬਿਲਕੁਲ, ਉਹਦਾ ਖਮਿਆਜ਼ਾ ਜਿਹੜਾ ਆਪਾਂ ਨੂੰ ਭੁਗਤਣਾ ਹੀ ਪੈਣਾ। ਬਿਲਕੁਲ, ਇੱਕ ਮੈਂ ਨਾ ਜ਼ਿਆਦਾ ਸਮਾਂ ਨਹੀਂ ਲੈਂਦਾ ਤੁਹਾਡੇ ਕੋਲ, ਸਮਾਂ ਵੀ ਘੱਟ ਹੈ ਮੇਰੇ ਕੋਲ, 2 ਕੁ ਸਵਾਲ ਨੇ ਹੋਰ। ਇੱਕ ਮੈਂ ਗੱਲ ਸੁਣ ਰਿਹਾ ਸੀ ਤੁਹਾਡੀ, ਆਪਾਂ ਵਿਆਹ ਸ਼ਾਦੀ ਜਾਈਦੇ ਆ, ਲੇਡੀਜ਼ ਨੇ ਸੋਨਾ ਪਾਇਆ ਹੁੰਦਾ ਹਨਾ, ਸੋਨੇ ਦੀ ਆਪਾਂ ਗੱਲ ਕੀਤੀ ਸੀ, ਸੋਨਾ ਪਹਿਨਣ ਦੀ ਨਹੀਂ ਖਾਣ ਦੀ ਚੀਜ਼ ਹੈ, ਇਹ ਤੁਸੀਂ ਕਿਹਾ, ਕੀ ਕਹਿਣਾ ਚਾਹੋਗੇ? ਬਿਲਕੁਲ ਬਿਲਕੁਲ, ਸਾਡਾ ਭੋਜਨ ਨਾ ਸਾਡੇ ਸਰੀਰ ਨੂੰ ਖੁਰਾਕੀ ਤੱਤ ਚਾਹੀਦੇ ਨੇ, ਜ਼ਿੰਕ, ਪੋਟਾਸ਼, ਮੈਗਨੀਸ਼ੀਅਮ, ਬੋਰਾਨ, ਉਹ ਸਾਰੇ ਮਿੱਟੀ ਚੋਂ ਆਉਣੇ ਨੇ। ਹਾਂਜੀ, ਤੇ ਅਸੀਂ ਮਿੱਟੀ ਦੇ ਵਿੱਚੋਂ ਭੋਜਨ ਦੀਆਂ ਵਸਤੂਆਂ ਬਣਾ ਲਈਆਂ, ਸਾਡਾ ਭੋਜਨ ਮੁੱਕ ਰਿਹਾ, ਮੈਂ ਕਹਿੰਦਾ ਹੈਗਾ ਕਿ ਖੁਰਾਕੀ ਤੱਤ ਮੁੱਕ ਰਹੇ ਨੇ, ਕਿੱਧਰ ਗਏ? ਅਸੀਂ ਉਹਦੀਆਂ ਵਸਤੂਆਂ ਬਣਾ ਲਈਆਂ। ਅਸੀਂ ਜਿਵੇਂ ਹੁਣ ਗੋਲਡ ਹੈ, ਗੋਲਡ ਸਾਡਾ ਫੂਡ ਹੈ, ਮੇਰੇ ਸਰੀਰ ਨੂੰ ਖਾਣ ਵਾਸਤੇ ਗੋਲਡ ਚਾਹੀਦਾ, ਉਹ ਮਿੱਟੀ ਚੋਂ ਆਉਣਾ, ਤੇ ਉਹ ਕਣਕ ਨੇ ਵੀ ਚੱਕਣਾ, ਪੌਦੇ ਨੇ ਚੱਕਣਾ, ਜਵਾਰ, ਮੱਕੀ, ਬਾਜਰੇ ਨੇ ਚੱਕਣਾ, ਤਾਂ ਅਸੀਂ ਕੱਢ ਕੇ ਉਹਦਾ ਹਾਰ ਬਣਾ ਲਿਆ, ਉਹਦੀ ਵਸਤੂ ਬਣਾ ਲਈ, ਛਾਪਾ ਬਣਾ ਲਈ, ਖਾਣ ਵਾਲੀ ਚੀਜ਼ਾਂ ਗੱਲ ਚ ਪਾ ਲਈਆਂ। ਤਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਵੈਦ ਜਿਹੜਾ ਕੋਈ ਬੰਦਾ ਬਿਮਾਰ ਹੋ ਜਾਂਦਾ ਸੀ ਤਾਂ ਉਹਨੂੰ ਕੀ ਕਰਦੇ ਹੁੰਦੇ ਸੀ ਕਿ ਉਹਨੂੰ ਸੋਨਾ ਭਸਮ, ਚਾਂਦੀ ਭਸਮ ਦਿੰਦੇ ਸੀ। ਬਿਲਕੁਲ ਬਿਲਕੁਲ ਦਿੰਦੇ ਸੀਗੇ। ਹਾਂਜੀ, ਤਾਂ ਇਹ ਸੋਨਾ ਚਾਂਦੀ ਸਾਡਾ ਫੂਡ ਹੈ। ਹਾਂਜੀ, ਮਤਲਬ ਉਹੀ ਹੈ ਨਾ। ਤੇ ਇੱਕ ਆਪਾਂ ਇੱਥੋਂ ਦੇ ਡਿਜ਼ਾਈਨ ਦੀ ਗੱਲ ਕਰਦੇ ਆ, ਆਪਣੇ ਕਮਰੇ ਬਣੇ ਹੋਏ ਆ, ਬੜਾ ਪੀਸ ਆ ਇਹਨਾਂ ਦੇ ਵਿੱਚ ਹਨਾ, ਕੋਈ ਏਸੀ ਨਹੀਂ ਲੱਗਾ, ਮਤਲਬ ਫਿਰ ਵੀ ਇੱਕ ਠੰਡਕ ਆ ਹਨਾ ਜੀ, ਇੱਥੋਂ ਦਾ ਮਾਹੌਲ ਆ, ਇਹ ਕਿੱਦਾਂ? ਇੱਕ ਤਾਂ ਖੇਤੀ ਹੋ ਗਈ ਹੈ ਨਾ, ਇਸ ਬਾਰੇ ਕਿਵੇਂ ਸੋਚਿਆ? ਸਾਨੂੰ ਨਾ ਕੁਦਰਤੀ ਖੇਤੀ ਇਕੱਲੀ ਨਹੀਂ ਬਚਾ ਸਕਦੀ, ਸਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ, ਕੁਦਰਤ ਪੱਖੀ ਜੀਵਨ। ਠੀਕ ਹੈ, ਕੁਦਰਤ ਪੱਖੀ ਜੀਵਨ ਦੇ ਵਿੱਚ ਵੀ ਇਹ ਆਉਂਦਾ ਹੈ ਕਿ ਮੈਂ ਕੁਦਰਤ ਦਾ ਕਿੰਨਾ ਨੁਕਸਾਨ ਕਰ ਰਿਹਾ। ਮੈਂ ਜੇ ਇੱਥੇ ਪੱਕੇ ਮਕਾਨ ਬਣਾਉਣਾ ਹੈ ਤਾਂ ਮੈਂ ਇੱਟ ਨੂੰ ਬਣਾ ਲਿਆ ਪੱਕੀ, ਉਹ ਮਿੱਟੀ ਸਦਾ ਲਈ ਮਾਰਤੀ, ਇਹ ਮੇਰੇ ਕੱਚੇ ਮਕਾਨ ਹੈ, ਇਹ ਮਿੱਟੀ ਮਰੀ ਨਹੀਂ, ਜਦੋਂ ਮੈਂ ਉਹ ਢਾਉਂਗਾ ਇਹ ਮਿੱਟੀ ਫਿਰ ਮਿੱਟੀ ਚ ਰਲ ਜਾਣੀ, ਇਹਦੀਆਂ ਫਿਰ ਰੋਟੀਆਂ ਬਣਾ ਲਾਂਗੇ ਅਸੀਂ। ਪਰ ਜਿਹੜੀ ਇੱਟ ਮੈਂ ਪੱਕੀ ਬਣਾ ਲਈ ਉਹਦੇ ਤੋਂ ਕਦੇ ਰੋਟੀ ਨਹੀਂ ਬਣਨੀ। ਠੀਕ ਹੈ, ਠੀਕ ਹੈ, ਕੁਦਰਤ ਪੱਖੀ ਜੀਵਨ ਸ਼ੈਲੀ। ਠੀਕ ਹੈ, ਸਾਨੂੰ ਕੁਦਰਤ ਪੱਖੀ ਜੀਵਨ ਸ਼ੈਲੀ ਤੇ ਜਾਣਾ ਪੈਣਾ, ਇਕੱਲੀ ਕੁਦਰਤੀ ਖੇਤੀ ਨੇ ਨਹੀਂ ਸਾਨੂੰ ਬਚਾਉਣਾ। ਹਾਂਜੀ, ਤੇ ਜੇ ਆਪਾਂ ਸੋਲਿਊਸ਼ਨ ਦੀ ਗੱਲ ਕਰੀਏ, ਲਾਸਟ ਤੇ ਆਪਾਂ ਇੱਕ ਤਾਂ ਮੈਸੇਜ ਦੀ ਗੱਲ ਵੀ ਕਰਾਂਗੇ, ਇੱਕ ਪਹਿਲਾਂ ਮੈਂ ਸੋਲਿਊਸ਼ਨ ਦੀ ਗੱਲ ਕਰਦਾ, ਜਿਹੜਾ ਬਿਮਾਰੀਆਂ ਵੱਲ ਨੂੰ ਜਾ ਰਹੇ ਹਾਂ ਆਪਾਂ, ਆਪਣੀ ਦੌੜ ਆ ਜਿਹੜੀ ਭੱਜ ਰਹੇ ਹਾਂ, ਆਪਾਂ ਨੂੰ ਪਤਾ ਨਹੀਂ ਲੱਗ ਰਿਹਾ, ਉਹਦਾ ਜਿਹੜਾ ਸੋਲਿਊਸ਼ਨ ਕੀ ਆ? ਜੋ ਸਾਡੀ ਗੁਰਬਾਣੀ ਦੇ ਵਿੱਚ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਹਾਂਜੀ ਕੁਦਰਤ ਪੱਖੀ ਜੀਵਨ ਜਾਣਾ ਪੈਣਾ, ਸਾਦੀ ਜ਼ਿੰਦਗੀ ਤੇ ਆਉਣਾ ਪੈਣਾ। ਠੀਕ ਹੈ ਠੀਕ ਹੈ, ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ ਤੁਸੀਂ ਆਪਣੇ ਆਪ, ਹਨਾ, ਤੇ ਕਦੇ ਟਾਰਗੇਟ ਨਹੀਂ ਹੋਣਾ ਪਿਆ ਕਾਰਪੋਰੇਟਿਵ ਘਰਾਣਿਆਂ ਦੇ, ਕਿਉਂਕਿ ਇਹ ਇਹ ਜੰਗ ਬੜੀ ਤਕੜੀ ਹੈ। ਹਾਂ ਬਿਲਕੁਲ, ਮੈਂ ਉਹਨਾਂ ਨੂੰ ਤਾਂ ਰੜਕੂੰਗਾ ਹੀ ਜਿਹਨਾਂ ਨੂੰ ਬਿਜ਼ਨਸ ਸੈੱਟ ਕਰੂਗਾ ਜਿਹਨਾਂ ਦਾ, ਮੈਂ ਉਸ ਖੇਤੀ ਤੇ ਕਰੂੰਗਾ, ਉਹਨਾਂ ਨੂੰ ਤਾਂ ਤਕਲੀਫ ਹੋਊਗੀ। ਬਿਲਕੁਲ, ਪਰ ਕੋਈ ਏਡੀ ਵੱਡੀ ਕੋਈ ਸਮੱਸਿਆ। ਮੈਂ ਲਾਸਟ ਸਵਾਲ ਪੁੱਛਦਾ, ਜ਼ਿੰਦਗੀ ਜੰਗ ਆ, ਸ਼ੁਰੂ ਤੋਂ ਦਿਮਾਗ ਦੇ ਵਿੱਚ ਪਾਤਾ, ਤੁਸੀਂ ਕਹਿੰਦੇ ਜ਼ਿੰਦਗੀ ਬਹੁਤ ਸੋਹਣੀ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਤੁਹਾਡਾ ਨਜ਼ਰੀਆ ਹੈ ਜ਼ਿੰਦਗੀ ਨੂੰ ਦੇਖਣ ਦਾ, ਕਿਸ ਨਜ਼ਰੀਏ ਨਾਲ ਦੇਖਦੇ ਹੋ? ਹਾਂਜੀ, ਤਾਂ ਜੋ ਲੋਕ ਹਾਰ ਜਾਂਦੇ ਨੇ, ਹਿੰਮਤ ਹਾਰ ਜਾਂਦੇ, ਹਾਂਜੀ ਹਾਂਜੀ, ਉਹ ਕਿਸੇ ਹੋਰ ਨਜ਼ਰੀਏ ਤੋਂ ਦੇਖਦੇ ਨੇ। ਹਾਂਜੀ, ਤਾਂ ਮੈਂ ਵੀ ਇੱਥੇ ਬੜੇ ਔਖੇ ਸਮੇਂ ਦੇਖੇ ਨੇ, ਬਹੁਤ ਮੇਰੇ ਤੇ ਵਾਹਾਂ ਵਗੀਆਂ ਨੇ। ਹਾਂਜੀ, ਸਾਰਾ ਖੇਤ ਖਾਲੀ ਰਹਿ ਜਾਂਦਾ ਸੀ, ਲੋਕਾਂ ਦੀਆਂ ਟਿੱਚਰਾਂ ਹੁੰਦੀਆਂ ਸੀ, ਮਨ ਦੇ ਵਿੱਚ ਨਿਰਾਸ਼ਾ ਵੀ ਆਉਂਦੀ ਸੀ। ਹਾਂਜੀ, ਤੇ ਪਰ ਇਹ ਸਾਰੇ ਸਫ਼ਰ ਦੇ ਦੌਰਾਨ ਮੈਂ ਇੱਕ ਹੀ ਲਾਸਟ ਤੇ ਕਹੂੰਗਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਤੇ ਕਿਸੇ ਉਸ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਹਾਂਜੀ, ਤੇ ਇਹ ਚੜ੍ਹਦੀ ਕਲਾ ਜਿਹੜਾ ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਬਾਬਿਆਂ ਨੇ ਬਾਣੀ ਦੇ ਵਿੱਚ ਕਿਹਾ, ਉਹ ਬਹੁਤ ਵੱਡੀ ਚੀਜ਼ ਹੈ। ਬਿਲਕੁਲ, ਤੇ ਹਿੰਮਤ ਨਹੀਂ ਹਾਰਨੀ ਕਦੇ ਵੀ, ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ। ਬਿਲਕੁਲ, ਜੇ ਤੁਸੀਂ ਚੜ੍ਹਦੀ ਕਲਾ ਚੋਂ ਤਾਂ ਰਸਤੇ ਵੀ ਨਿਕਲੇ ਆਉਂਦੇ ਨੇ, ਜੇ ਹਿੰਮਤ ਹੀ ਹਾਰ ਗਏ ਤਾਂ ਫਿਰ ਸਾਰੇ ਰਸਤੇ ਬੰਦ ਹੋ ਜਾਂਦੇ। ਬਿਲਕੁਲ ਸਹੀ ਗੱਲ ਜੀ। ਲਾਸਟ ਜਿਹੜੇ ਖੇਤੀ ਕਰਦੇ ਆ, ਉਹਨਾਂ ਨੂੰ ਸੁਨੇਹਾ ਕੋਈ ਦੇਣਾ ਚਾਹੋ? ਕੁਛ ਨੀ, ਆਪਣਾ ਸਮਝਣਾ ਪੈਣਾ ਹੈਗਾ ਕਿ ਅਸੀਂ ਆਪਣੇ ਖੇਤ ਦੇ ਵਿੱਚੋਂ ਕੀ ਗਵਾ ਰਹੇ ਹਾਂ, ਤੇ ਅਸੀਂ ਕੀ ਖੱਟਿਆ। ਸਾਨੂੰ ਧੰਦਾ ਕਹਿ ਕੇ ਪ੍ਰਚਾਰਿਆ ਗਿਆ, ਹਾਂਜੀ, ਪਿਛਲੇ 50 ਸਾਲਾਂ ਦੇ ਵਿੱਚ। ਬਿਲਕੁਲ, ਕਿ ਖੇਤੀ ਧੰਦਾ ਹੈ। ਹਾਂਜੀ, ਜਦੋਂ ਅਸੀਂ ਧੰਦਾ ਬਣਾਇਆ ਤਾਂ ਅਸੀਂ ਕੀ ਗਵਾਇਆ ਤੇ ਕੀ ਪਾਇਆ, ਇਹਦਾ ਇੱਕ ਮੋਟਾ ਮੋਟਾ ਜਿਹਾ, ਇੱਕ ਸਾਦੇ ਜਿਹੇ ਤਰੀਕੇ ਦੇ ਨਾਲ ਇੱਕ ਐਨਾਲਿਸਿਸ ਜ਼ਰੂਰ ਸਾਡੇ ਕਿਸਾਨ ਭਰਾ ਕਰ ਲੈਣ। ਹਾਂਜੀ, ਇੱਕ 5 ਏਕੜ ਵਾਲਾ ਕਿਸਾਨ ਸੰਨ 1965 ਦੇ ਵਿੱਚ ਤੇ ਸੰਨ 1924 ਆਉਂਦੇ ਉਹਨੇ ਕੀ ਗਵਾਇਆ ਤੇ ਕੀ ਪਾਇਆ, ਠੀਕ ਹੈ, ਉਹਨੇ ਗਵਾਇਆ ਕੀ? ਉਹਦੇ ਕੋਲੇ 1965 ਦੇ ਵਿੱਚ ਆਪਣੇ ਬੀਜ ਸੀ, ਆਪਣੀ ਖਾਦ ਸੀ, ਬਿਲਕੁਲ ਠੀਕ ਹੈ, ਤੇ ਆਪਣੀਆਂ ਸਪਰੇਆਂ ਸੀ, ਤੇ ਆਪਣਾ ਮਾਰਕੀਟਿੰਗ ਸਿਸਟਮ ਸੀ, ਉਹਨੇ ਕੋਈ ਵੇਚਣ ਨਹੀਂ ਜਾਣਾ ਸੀ। ਹਾਂਜੀ, ਆਤਮ ਨਿਰਭਰ ਸੀ, ਆਜ਼ਾਦੀ ਦੀ ਖੇਤੀ ਸੀ, ਜੋ ਜੀ ਕਰਦਾ ਚਾਹੁੰਦਾ ਬੀਜ ਸਕਦਾ ਸੀ। ਹਾਂਜੀ, ਉਹਦਾ ਦਿਲ ਕਰਦਾ ਕਿ ਮੈਂ ਇੱਥੇ ਜਿਹੜਾ ਹੈਗਾ ਬਾਜਰਾ ਬੀਜਣਾ, ਹਾਂਜੀ, ਮੈਂ ਇੱਥੇ ਜੌਂ ਬੀਜਣੀ ਆ, ਬੀਜ ਸਕਦਾ ਸੀ, ਲੋੜ ਦੀਆਂ ਚੀਜ਼ਾਂ ਉਹਦੇ ਕੋਲ ਬੀਜ ਸਕਦਾ ਸੀ। ਪਰ ਅੱਜ ਕੀ ਉਹ ਆਜ਼ਾਦ ਹੈ? ਅੱਜ ਉਹ ਆਪਦੀ ਮਰਜ਼ੀ ਦੀ ਕਹੇ ਕਿ ਮੈਂ, ਉਹਦੇ ਕੋਲ ਬੀਜ ਹੀ ਹੈ ਨੀ ਆਪਣੇ, ਬੀਜ ਤਾਂ ਉਹਨੂੰ ਮੋਨਸੈਂਟੋ ਤੇ ਕਾਰਪੋਰੇਟ ਤੋਂ ਲੈਣੇ ਪੈਣੇ ਆ, ਬੀਜ ਉਹਦੇ ਕੋਲ ਆਪਣੇ ਨੀ। ਹਾਂਜੀ, ਬੀਜ ਲੈਣ ਵਾਸਤੇ ਬਾਜ਼ਾਰ ਕੋਲੇ ਜਾਊ, ਹਾਂਜੀ, ਗੁਲਾਮੀ ਦੀ ਖੇਤੀ, ਹਾਂਜੀ, ਉਦੋਂ ਬਾਅਦ ਫਿਰ ਉਹਨੂੰ ਖਾਦ ਪਾਉਣੀ ਆ, ਯੂਰੀਆ ਡੀਏਪੀ ਪਿੱਛੇ ਲੈਣਾ ਚ ਲੱਗੂ, ਹਾਂਜੀ, ਫਿਰ ਉਹਨੂੰ ਸਪਰੇਆਂ ਪੈਸਟੀਸਾਈਡ ਚਾਹੀਦੀ ਉਹਦੇ ਵਾਸਤੇ ਜਾਊ, ਹਾਂਜੀ, ਉਦੋਂ ਬਾਅਦ ਤਿਆਰ ਕਰ ਲਿਆ, ਫਿਰ ਵੇਚਣ ਵਾਸਤੇ ਫਿਰ ਸਰਕਾਰ ਦੀਆਂ ਮਿੰਨਤਾਂ ਕਰੂ, ਮੇਰਾ ਖਰੀਦ ਲਓ, ਲੈ ਲਓ। ਹਾਂਜੀ, ਤਾਂ ਉਹ ਆਜ਼ਾਦੀ ਗਵਾਈ ਹੈ, ਗੁਲਾਮੀ ਖਰੀਦੀ ਹੈ। ਨਹੀਂ, ਇੱਕ ਇਹ ਹੋ ਗਿਆ ਨਾ, ਬਾਉਂਡ ਹੋ ਗਏ ਕੰਪਨੀਆਂ, ਨੰਬਰ 1 ਤੇ ਆਜ਼ਾਦੀ ਗਵਾਈ ਹੈ, ਹਾਂਜੀ, ਗੁਲਾਮੀ ਖਰੀਦੀ ਹੈ, ਨੰਬਰ 2 ਤੇ ਉਸ ਸਮੇਂ ਉਸ 5 ਏਕੜ ਵਾਲੇ ਕਿਸਾਨ ਕੋਲੇ 1965 ਦੇ ਵਿੱਚ ਕੋਈ, ਜੇ ਕੈਸ਼ ਨਹੀਂ ਸੀਗਾ, ਕੋਈ 2 ਤੋਲੇ 4 ਤੋਲੇ ਚਾਂਦੀ ਸੋਨਾ ਕੁਛ ਨਾ ਕੁਛ ਉਹਦੇ ਕੋਲ ਐਸੈਟ ਸੀ। ਪਰ ਅੱਜ ਕੀ ਹੈ, ਅੱਜ ਔਨ ਐਨ ਐਵਰੇਜ 10 ਲੱਖ ਦਾ ਕਰਜ਼ਾ ਹੈ 5 ਏਕੜ ਦੇ ਕਿਸਾਨ ਦੇ ਥੱਲੇ। ਹਾਂਜੀ, ਉਹ ਧੰਦਾ ਬਣਾ ਕੇ ਤਾਂ ਕਰਜ਼ਾ ਹੀ ਹੋ ਗਿਆ, ਜਦੋਂ ਬਿਮਾਰੀਆਂ ਅੱਡੇ। ਹਾਂ, ਤੀਜੇ ਨੰਬਰ ਦੇ ਉੱਤੇ ਤੁਸੀਂ ਸਿਹਤ ਦੀ ਗੱਲ ਕਰ ਲੈਂਦੇ ਆ, ਹਾਂਜੀ, ਉਦੋਂ ਤਾਂ ਤੰਦਰੁਸਤ ਸਿਹਤ ਸੀ, ਬਿਲਕੁਲ, ਅੱਜ ਉਹਦੇ ਆਪਦੇ ਜਿਹੜਾ ਹੈਗਾ ਗੋਡੇ ਘਸ ਕੇ ਗੋਡੇ ਪੈਣ ਵਾਲੇ ਹੈ, ਉਹਦੀ ਵਾਈਫ ਦੇ ਸਟੰਟ ਪੈਣ ਵਾਲਾ ਹੈ, ਬੱਚੇ ਬਿਮਾਰ ਹੈ ਸਾਰੇ, ਅੱਜ ਤੋਂ ਬਿਮਾਰ ਹੈ, ਬਿਲਕੁਲ, ਤੇ ਉਸ ਸਮੇਂ ਤਾਂ ਉਹਦੇ ਕੋਲ ਸਿਹਤ ਸੀ, ਹਾਂਜੀ, ਉਹਨੇ ਸਿਹਤ ਗਵਾ ਲਈ। ਹਾਂਜੀ, ਚੌਥੇ ਨੰਬਰ ਦੇ ਉੱਤੇ ਉਹਨੇ ਫੂਡ ਗਵਾ ਲਿਆ, ਹਾਂਜੀ, ਉਸ ਸਮੇਂ ਉਹਦੇ ਘਰ ਦੇ ਵਿੱਚ 3 ਮੱਝਾਂ ਬੰਨੀਆਂ ਖੜੀਆਂ ਸੀਗੀਆਂ, ਦੁੱਧ ਆਪਣਾ, ਘਿਓ ਆਪਣਾ ਸੀ। ਅੱਜ 5 ਏਕੜ ਵਾਲੇ ਕਿਸਾਨ ਦੇ ਵਿਚਾਰੇ ਉਹਦੇ ਕੋਲੇ ਪਸ਼ੂ ਵੀ ਗਏ, ਘਰ ਚੋਂ ਗਾਇਬ ਹੋ ਗਏ। ਹਾਂਜੀ, ਅੱਜ ਉਹਦੇ ਕੋਲੇ ਫੂਡ ਹੀ ਨਹੀਂ ਹੈ, ਹਾਂਜੀ, ਉਹ ਤਾਂ ਬਰਗਰਾਂ ਤੇ ਹੋ ਗਿਆ, ਬਿਲਕੁਲ, ਠੀਕ ਹੈ, ਹਾਂਜੀ, ਤਾਂ ਅਸੀਂ ਫੂਡ ਵਈ ਫਿਰ ਗੁਲਾਮ ਹੋ ਗਏ ਬਾਜ਼ਾਰ ਦੇ। ਹਾਂਜੀ, ਤਾਂ ਕੀ ਗਵਾਇਆ? ਹਾਂਜੀ, ਕਿਤੇ ਮੈਂ ਸਾਰੇ ਸੁਣਨ ਵਾਲਿਆਂ ਨੂੰ, ਜੋ ਦੇਖਣ ਵਾਲਿਆਂ ਨੂੰ ਇਹੀ ਬੇਨਤੀ ਕਰੂੰਗਾ, ਇਮਾਨਦਾਰੀ ਨਾਲ ਦਾ ਵਿਸ਼ਲੇਸ਼ਣ ਕਰਿਓ ਜੀ,
ਇੱਕ 5 ਏਕੜ ਵਾਲੇ ਕਿਸਾਨ ਦੇ 1965 ਚ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਹੈ, ਉਹਨੇ ਕੀ ਪਾਇਆ ਤੇ ਕੀ ਗਵਾਇਆ, ਇਹੀ ਅਨਾਲਿਸਿਸ ਕਰ ਲਿਓ। ਬਿਲਕੁਲ ਬਿਲਕੁਲ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ ਇੰਨਾ ਟਾਈਮ ਦੇਣ ਵਾਸਤੇ। ਤੇ ਮੈਂ ਹਰ ਵਾਰ ਕਹਿੰਦਾ ਹੁੰਦਾ ਵੀ ਇਦਾਂ ਦੀਆਂ ਗੱਲਾਂ ਸੁਣਿਆ ਕਰੋ, ਆਪਾਂ ਖੇਤੀ ਦੀ ਗੱਲ ਕੀਤੀ ਆ, ਖੇਤੀ ਦੀ ਅੱਜ ਬਿਲਕੁਲ ਡਿਫਰੈਂਟ ਤਰੀਕੇ ਨਾਲ ਆਪਾਂ ਗੱਲ ਕੀਤੀ, ਜਿੱਥੇ ਆਪਾਂ ਖੇਤੀ ਨੂੰ ਕਹਿੰਦੇ ਆ ਵੀ ਲਾਹੇਵੰਦ ਧੰਦਾ ਆ, ਉੱਥੇ ਆਪਾਂ ਗੱਲ ਕੀਤੀ ਵੀ ਇਹ ਧੰਦਾ ਨਹੀਂ ਆ, ਇਹ ਆਪਣੀ ਇੱਕ ਮਤਲਬ ਕਿ ਲਾ ਲਓ ਵੀ ਆਪਣੇ ਬਚਾਉਣ ਦਾ ਇੱਕ ਜ਼ਰੀਆ। ਵੀ ਆਪਾਂ ਪੁਰਾਣੇ ਟਾਈਮ ਦੀ ਗੱਲ ਕਰਦੇ ਹਾਂ ਵੀ ਉਦੋਂ ਇੱਕ ਸਰਕਲ ਸੀਗਾ ਜਿਹੜਾ ਚੱਲਦਾ ਆ ਰਿਹਾ ਸੀਗਾ, ਤੇ ਅੱਜ ਉਹ ਸਰਕਲ ਟੁੱਟ ਗਿਆ ਵਾ। ਬਚਾਉਣ ਦੀ ਲੋੜ ਆ, ਆਪਣੇ ਆਪ ਨੂੰ ਸੋਚਣ ਦੀ ਲੋੜ ਆ, ਆਪਣੇ ਆਪ ਵੱਲ ਵੇਖਣ ਦੀ ਲੋੜ ਆ ਕਿ ਅੱਜ ਅਸੀਂ ਖੜੇ ਕਿੱਥੇ ਹਾਂ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਾਂ ਵਿੱਚ ਜ਼ਰੂਰ ਦੱਸਿਓ ਸਾਡੀ ਗੱਲ ਕਿਵੇਂ ਲੱਗੀ। ਸਤਿ ਸ਼੍ਰੀ ਅਕਾਲ ਜੀ।